दुख बिना सुने भगत वचन अनाथ नाथ शरण नानक पुरख अचुत है आनंद गुणी निदान गुरु गरीब निवास सारी संगत गज के बोलो सतनाम श्री वाहेगुरु जी Thank you.
मतलब दे दिली बंदगी कर बख्शा फुला जेड़ी बेच भलेखे दे फुल हो गई पछोताएगा वक्त विहाए के दे क्षमा जिंदगी दी जदों गुल हो गई जिन्ना जिन्ना ने उसका जाप किया हस्ती उन्हां दी उस दे तुल हो गई कादा हुसन जवानी दा मान सूही इत्थे कईआं दी फरकड़ी फुल हो गई इत्थे कईआं दी फरकड़ी फुल हो गई शहीद।
ਸ਼ਹੀਦਾਂ ਦੇ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨਵਾਂ ਜੀ ਸਾਧ ਸੰਗਤ ਆਪਾਂ ਗੁਰੂ ਕੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਹਾਂ। ਸਰਹਾਲੀ ਦਾ ਇਤਿਹਾਸ ਲਗਭਗ 1250 ਸਾਲ ਪੁਰਾਣਾ ਹੈ। ਲਗਭਗ 1250 ਸਾਲ ਪਹਿਲਾਂ ਸਰਹਾਲੀ ਕਲਾਂ ਦੀ ਮੂਹਰੀ ਗੱਡ ਕੇ ਨੀਂਹ ਰੱਖੀ ਦਦੇਰ ਸਾਹਿਬ ਤੇ ਸਰਹਾਲੀ ਚਾਚਾ ਭਤੀਜੇ ਦੇ ਰੂਪ ਵਿੱਚ ਮਾਲਵੇ ਦੀ ਧਰਤੀ ਤੋਂ ਇੱਥੇ ਆਏ ਔਰ ਮਹਾਂਪੁਰਸ਼ ਬਾਬਾ ਪੀਰਾਂ ਨਾਲ ਉਹਨਾਂ ਦਾ ਮਿਲਾਪ ਹੋਇਆ ਤੇ ਪੀਰਾਂ ਨੇ ਇੱਥੇ ਮੋੜੀ ਗੱਡ ਕੇ ਸਰਹਾਲੀ ਵਸਾਈ। ਸਰਹਾਲੀ ਕਈ ਵਾਰੀ ਆਬਾਦ ਹੋਈ ਤੇ ਕਈ ਵਾਰੀ ਉਜੜੀ। ਸਾਡੇ ਕੋਲੇ ਕਰਮ ਸਿੰਘ ਸਟੋਰੀਅਨ ਦੀ ਲਿਖੀ ਹੋਈ ਪੁਸਤਕ ਇਤਿਹਾਸਿਕ ਖੋਜਾਂ, ਉਹਦੇ ਵਿੱਚ ਸਾਨੂੰ ਬਹੁਤ ਕੁਝ ਪੜ੍ਹਨ ਲਈ ਮਿਲਦਾ। ਇੱਕ ਹੋਰ ਵੀ ਪੁਸਤਕ ਹੈ ਸਰਹਾਲੀ ਦਾ ਪਿਛਲਾਰਾ, ਪਿਛਲਾਰੇ ਤੋਂ ਭਾਵ ਸਰਹਾਲੀ ਦਾ ਪਿਛੋਕੜ, ਉਹਦਾ ਪਿਛੋਕੜ ਕੀ ਹੈ ਉਸ ਪੁਸਤਕ ਤੋਂ ਪੜ੍ਹਨ ਲਈ ਮਿਲਦਾ। ਤੋ ਗੁਰੂ ਕੀ ਸਾਜੀ ਨਾ ਜੀ ਸਾਧ ਸੰਗਤ, ਮੈਂ ਲਗਭਗ ਦੋਨਾਂ ਪੁਸਤਕਾਂ ਨੂੰ ਬੜੇ ਗੌਰ ਨਾਲ ਵਾਚਿਆ ਤੇ ਮੈਂ ਇਸ ਨਤੀਜੇ ਤੇ ਪਹੁੰਚਾ ਵੀ ਜੇ ਅੱਜ ਸਰਹਾਲੀ ਆਬਾਦ ਹੈ ਨਾ, ਅੱਜ ਸਰਹਾਲੀ ਵੱਸਦੀ ਹੈ ਤੇ ਬਾਬਾ ਰਾਜੂ ਸਿੰਘ ਸ਼ਹੀਦ ਦੀ ਮਿਹਰਬਾਨੀ ਦਾ ਸਦਕਾ। ਅਗਰ ਬਾਬਾ ਰਾਜੂ ਸਿੰਘ ਇਹ ਸਰਹਾਲੀ ਦੀ ਰੱਖਿਆ ਨਾ ਕਰਦੇ, ਉਹ ਜੰਡਿਆਲੇ ਤੋਂ ਚੱਲ ਕੇ ਔਰ ਭਗਤਨੀ ਨਰਿੰਦਣੀਏ ਦੀ ਔਲਾਦ ਆ ਕੇ ਸਰਹਾਲੀ ਨੂੰ ਢਾਉਣ ਲਈ ਆਉਂਦੀ ਰਹੀ। ਨੇਪਾਲਾਂ ਵਾਲੇ ਆਉਂਦੇ ਰਹੇ, ਤਲਵੰਡੀ ਵਾਲੇ ਆਉਂਦੇ ਰਹੇ, ਆਹ ਹਰੀ ਕੇ ਪਤਣ ਲੱਗ ਗਏ ਪਿੰਡ ਬੂਹ ਹੈ ਰੰਗੜਾਂ ਦਾ, ਉਹੀ ਉਜਾੜਨ ਵਾਸਤੇ ਆਉਂਦੇ ਰਹੇ ਤੇ ਲੁੱਟਣ ਵਾਸਤੇ ਆਉਂਦੇ ਰਹੇ। ਤੇ ਬਾਬਾ ਰਾਜੂ ਸਿੰਘ ਸਾਹਿਬ ਜੀ ਨੇ ਸਰਹਾਲੀ ਦੀ ਰੱਖਿਆ ਕੀਤੀ। ਬੁਰਜ ਰਾਏ ਕਾ, ਬੁਰਜ ਨੱਥੂ ਕਾ, ਬੁਰਜ ਦੇਵਾ ਸਿੰਘ, ਇਹ ਜਿੰਨੇ ਵੀ ਬੁਰਜ ਨੇ ਨਾ, ਇਹ ਬਾਬਾ ਰਾਜੂ ਸਿੰਘ ਨੇ ਸਰਹਾਲੀ ਦੀ ਰੱਖਿਆ ਵਾਸਤੇ ਕਾਇਮ ਕੀਤੇ। ਬੁਰਜ ਤੋਂ ਭਾਵ ਹੈ ਉੱਚੀ ਥਾਂ, ਉੱਚੀ ਥਾਂ ਤੇ ਬੁਰਜ ਤੇ ਬਹਿ ਕੇ ਜਿੱਥੇ ਦੁਸ਼ਮਣ ਦੀ ਨਿਗਰਾਨੀ ਕੀਤੀ ਜਾ ਸਕਦੀ ਉਸਨੂੰ ਬੁਰਜ ਕਿਹਾ ਜਾਂਦਾ। ਦਰਗਾਹਪੁਰ, ਜੱਲੇਵਾਲ, ਸੁਹਾਵਾ ਇਤਿਆਦਿ ਕੋਦਾਲੇ ਜਿੰਨੇ ਵੀ ਸੰਧੂਆਂ ਦੇ ਪਿੰਡ ਨੇ ਇਹ ਹਵੇਲੀਆਂ ਦੇ ਰੂਪ ਵਿੱਚ ਸਨ। ਤੇ ਜਦੋਂ ਵੀ ਬਾਬਾ ਜੀ ਨੂੰ ਖਬਰ ਮਿਲ ਜਾਂਦੀ ਸੀ, ਬੁਰਜਾਂ ਵਿੱਚ ਬੈਠੇ ਹੋਏ ਬੰਦੇ ਸੁਨੇਹ ਦੇ ਦਿੰਦੇ ਸਨ ਵੀ ਫਲਾਣੇ ਪਾਸਿਓਂ ਹਮਲਾ ਆਉਣ ਵਾਲਾ, ਤੇ ਬਾਬਾ ਜੀ ਫੌਜ ਲੈ ਕੇ ਉਸ ਪਾਸੇ ਚਲੇ ਜਾਂਦੇ ਸਨ ਤੇ ਮੈਦਾਨੇ ਜੰਗ ਵਿੱਚ ਤਲਵਾਰ ਚਲਾ ਕੇ ਉਹਨਾਂ ਨੂੰ ਹਰਾ ਦਿੰਦੇ ਸਨ ਤੇ ਸਰਹਾਲੀ ਦੀ ਸੁਰੱਖਿਆ ਲਈ ਤਲਵਾਰਾਂ ਵਾਇਆ ਕਰਦੇ ਸਨ। ਮੈਂ ਫਿਰ ਬੇਨਤੀ ਕਰ ਦੇਵਾਂ, ਸਰਹਾਲੀ ਕਲਾਂ ਵਿੱਚ ਵਸਣ ਵਾਲੇ ਸੱਜਣ ਨੋਟ ਕਰ ਲੈਣ, ਜੇ ਬਾਬਾ ਰਾਜੂ ਸਿੰਘ ਸਾਹਿਬ ਜੀ ਸ਼ਹੀਦ ਇਸ ਨਗਰ ਵਿੱਚ ਨਾ ਆਉਂਦੇ ਤੇ ਸ਼ਹਿਰ ਸਰਹਾਲੀ ਦਾ ਹੁਲੀਆ ਅੱਜ ਕੱਲ੍ਹ ਦੇਖਣ ਲਈ ਨਾ ਮਿਲਦਾ, ਕਿਉਂਕਿ ਵਾਰ ਵਾਰ ਹਮਲਾਵਰ ਸਰਹਾਲੀ ਤੇ ਚੜ੍ਹ ਕੇ ਆਉਂਦੇ ਰਹੇ। ਬੜਾ ਲੰਬਾ ਇਤਿਹਾਸ ਹੈ ਸਰਹਾਲੀ ਦਾ, ਮੇਰੀ ਥੋੜ੍ਹੀ ਜਿਹੀ ਕਮਜ਼ੋਰੀ ਬਣ ਗਈ ਵੀ ਮੇਰੇ ਕੋਲ ਸਮਾਂ ਨਹੀਂ ਸੀ, ਲਗਾਤਾਰ ਹੋਲੇ ਮਹੱਲੇ ਦੇ ਦੀਵਾਨ ਚੱਲ ਰਹੇ ਸਨ ਤੇ ਮੈਂ ਬਾਬਾ ਜੀ ਦਾ ਇਤਿਹਾਸ ਵਾਰਾਂ ਦੇ ਰੂਪ ਵਿੱਚ ਲਿਖਾਂ, ਔਰ ਵਾਅਦਾ ਕਰਦਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਬਾ ਰਾਜੂ ਸਿੰਘ ਜੀ ਦਾ ਨਿਰੋਲ ਇਤਿਹਾਸ ਵਾਰਾਂ ਦੇ ਰੂਪ ਵਿੱਚ ਤੁਹਾਡੀ ਸੇਵਾ ਵਿੱਚ ਤੇ ਹੋਰ ਪਿੰਡਾਂ ਵਿੱਚ ਵੀ ਜਾ ਕੇ ਸਾਂਝਾ ਕੀਤਾ ਜਾਵੇ। ਉਸ ਮਹਾਨ ਸ਼ਹੀਦ ਦੀ ਪਵਿੱਤਰ ਯਾਦ ਵਿੱਚ ਜਿੱਥਾਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉੱਥੇ ਆਪ ਜੀ ਨੂੰ ਹਰ ਸਾਲ ਦੀ ਤਰ੍ਹਾਂ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਭਾਗਾਂ ਵਾਲਾ ਹੈ ਵੀ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲਗਾਤਾਰ ਮੈਨੂੰ 22 ਸਾਲ ਵਸਣ ਦਾ ਸੁਭਾਗ ਪ੍ਰਾਪਤ ਹੋਇਆ, ਔਰ ਮਹਾਰਾਜ ਨੇ ਅਪਾਰ ਕਿਰਪਾ ਕੀਤੀ। ਬਾਬਾ ਜੀ ਦੀ ਰਹਿਮਤ ਦਾ ਸਦਕਾ ਢਾਡੀ ਬਣ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਸੇਵਾ ਕੀਤੀ। ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਬਹੁਤ ਵੱਡੀ ਮਿਹਰਬਾਨੀ ਕੀਤੀ। ਬਾਬਾ ਤਾਰਾ ਸਿੰਘ ਸਾਹਿਬ ਜੀ ਬਾਰੇ ਮੈਂ ਪੜ੍ਹਿਆ ਹੈ ਇਤਿਹਾਸ ਵਿੱਚ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਚੋਹਲਾ ਸਾਹਿਬ ਬੈਠੇ ਸਨ ਤੇ ਸਰਹਾਲੀ ਦੀ ਸੰਗਤ ਗਈ ਤੇ ਆਖਿਆ, ਮਹਾਰਾਜ ਬੂਹ ਦੇ ਰੰਗੜ ਬੜੇ ਪਰੇਸ਼ਾਨ ਕਰਦੇ ਬੂਹ ਪਿੰਡ, ਉਹ ਸਰਹਾਲੀ ਵਾਲਿਆਂ ਨੂੰ ਟਿਕਣ ਨਹੀਂ ਦਿੰਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਤੇ ਕਰੋ ਕਿਰਪਾ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬੂਹ ਪਵੇ ਖੂਹ ਸਰਹਾਲੀ ਕਰਮਾਂ ਵਾਲੀ, ਤੇ ਸਜੀ ਮੁਜੀ ਬੂਹ ਉਜੜ ਗਿਆ, ਇਹ ਦੁਬਾਰਾ ਵਸਿਆ ਸਰਦਾਰਾਂ ਦਾ। ਜਿਹੜਾ ਪਹਿਲਾ ਬੂਹ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਬੋਲਾਂ ਮੁਤਾਬਕ ਉਜੜ ਗਿਆ, ਉਹ ਸਜੀ ਮੁਜ ਖੂਹ ਵਿੱਚ ਪੈ ਗਿਆ, ਉਹਨੂੰ ਦਰਿਆ ਰੋੜ ਕੇ ਲੈ ਗਿਆ ਤੇ ਸਰਹਾਲੀ ਕਰਮਾਂ ਵਾਲੀ ਬਣ ਗਈ। ਤੇ ਕਰਮਾਂ ਵਾਲੀ ਲਗਭਗ ਉਦੋਂ ਬਣੀ ਜਦੋਂ ਬਾਬਾ ਤਾਰਾ ਸਿੰਘ ਸਾਹਿਬ ਜੀ ਇਸ ਨਗਰ ਵਿੱਚ ਪੈਦਾ ਹੋਇਆ। ਉਹਨਾਂ ਮਹਾਂਪੁਰਸ਼ਾਂ ਨੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਗੁਰਮਤ ਦਾ ਗਿਆਨ ਦਿੱਤਾ, ਉਹ ਕੀਰਤਨ ਵੀ ਬੜਾ ਪਿਆਰਾ ਕਰਿਆ ਕਰਦੇ ਸਨ। ਉਹਨਾਂ ਦਾ ਕੀਰਤਨ ਸੁਣਦਾ ਵੀ ਮੈਨੂੰ ਸੁਭਾਗ ਪ੍ਰਾਪਤ ਹੋਇਆ। ਬਚਪਨ ਦੇ ਦਿਨਾਂ ਵਿੱਚ ਪੜਾਅ ਉੱਤੇ ਅਸੀਂ ਰਾਤ ਦੇ ਦੀਵਾਨ ਵਿੱਚ ਕੀਰਤਨ ਸੁਣ ਲਈ ਜਾਂਦੇ ਸਨ, ਦਰਗਾਹਪੁਰੋਂ ਚੱਲ ਕੇ ਫਿਰ ਸਤਨਾਮ ਦਾ ਜਾਪ ਕਰਦੇ ਵਾਪਸ ਹੋਏ ਪਹੁੰਚਦੇ ਸਨ। ਤੋ ਇਹਨਾਂ ਮਹਾਂਪੁਰਸ਼ਾਂ ਦੀ ਮਿਹਰਬਾਨੀ ਦਾ ਸਦਕਾ ਅੱਜ ਇਹ ਨਗਰ ਚੜ੍ਹਦੀ ਕਲਾ ਵਿੱਚ। ਤੋ ਆਓ, ਮੈਨੂੰ ਹੁਕਮ ਕੀਤਾ ਹੈ ਪ੍ਰਬੰਧਕ ਵੀਰਾਂ ਨੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਦਾ। ਇਤਿਹਾਸ ਦਾ ਆਗਾਜ਼ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਹੁਕਮ ਕੀਤਾ, ਉਸ ਦੀ ਪਾਲਣਾ ਕਰੀ।
सारी सिख संगत कोई रसना वांझी ना रहे, जे वांझी रह गई तो समझ लो पियो की हाजरी नहीं लगनी। स्कूल में उस बच्चे की हाजरी लगती है जिहड़ा सवेरे इंचार्ज आउंदा हाजरी लाउण वास्ते, ते जदों कह देना भी सर जी मैं हाजर हाँ तो फिर ही हाजरी लगती, जे नीवी पा के बैठा रहे तो उहदी एबसेंट लग जाती। इस करके जदों कोई बुलारा फतेह बुलाउंदा ना समझ लो भी तुहाडी गुरु दरबार विच हाजरी लग गई, ते चंगी तरह उच्ची आवाज में जवाब देवांगे ते पता लग जाएगा महाराज नूं भी सजी मुझी हाजर बैठे। ते सारी सिख संगत हाजरी गाओ, एक आवाज विच कहो जी वाहिगुरु जी का खालसा वाहिगुरु जी की फतेह। बाबा राजू सिंह ने, गुरु हरगोबिंद साहब महाराज जी ने, महापुरशां ने मैनू कलम चलाउण की शक्ति बख्शी है, जिहनूं कुछ लिखण वास्ते महाराज ने कृपा की। तो मेरी यही भावना होंदी है भी बहुत कुछ साडे बजुर्ग ढाडियां ने लिख के वारां दे रूप में संगत दे पेश कीता। मेरी इच्छा होंदी है कि नवे तो नवा निवेकले तो निवेकला इतिहास लिख के संगत नूं परोसिया जावे। मिसाल वजों किसी घर विच सवेरे भी पनीर बनता है, शाम नूं भी पनीर बनता, हाले कि पनीर की सब्जी बड़ी चंगी होंदी है, उहदे विच विटामिन बड़े होंदे ने, उहदे विच आयरन होंदा है, उहदे विच कैल्शियम होंदा है, बंदा तंदुरुस्त रहिंदा है। पर सवेरे ते शाम नूं दो तीन दिन लगातार पनीर की सब्जी खा के घर वाले कहणगे हुण साग ही भावें बना लो, पनीर खा के मन अक गया। इस करके जदों नवे तो नवा भोजन बनेगा तो जी करेगा स्वाद ला ला के खाईए। तो साडी कौम का इतिहास कुरबानियां नाल भरिया पिया। मैं कई बार ये गल की है गुरु की संगत नाल भी साडी कौम का एडा वड्डा इतिहास है, तकरीबन तेजा हिस्सा साडे वारां दे रूप विच पेश कीता गया, दो हिस्से जे बाकी ते जिहड़े दो हिस्से बाकी ने उहनां विचों जिन्ना कु फायदा है जिन्नी कु महाराज ने मैनूं समर्थ बख्शी उहदे विच कुछ पन्ने लै के तुहाडी सेवा विच हाजर। गुरु की साजी नवाजी साध संगत, इतिहास के पन्नियां दे जिक्र आउंदा है कि मानसा जिले विच इक पिंड है हीरो कलां, हीरो कलां, हीरो कलां दे बार बार एक पिंड तो थोड़ा जिहा हटवां फरलांग दी विथ उत्ते गुरद्वारा है, ते गुरद्वारे दे जिहड़े महापुरश ने ना उन्हों का नाम है संत बाबा उजागर सिंह साहब, संत बाबा उजागर सिंह साहब। बाबा उजागर सिंह साहब जी हर कला विच निपुण सन। मैं बाबा जी का जीवन पढ़िया, संत बाबा उजागर सिंह साहब जी गुरु की बाणी के बड़े वधिया पाठी सन, अखंड पाठी सन। जिथे वह चंगे पाठी सन उत्थे संत बाबा उजागर सिंह साहब जी गुरु की बाणी की कथा भी करते सन, जानी जिहड़ा हुक्मनामा आउंदा सी जिहड़ा शब्द हुंदा सी उहदी विचार करिया करदे सन। हुक्मनामा तां आपां लगभग गुरुद्वारियां विच रोज़ ही सुणदे आं, पर जिन्ना चिर विचार ना सुनी जावे उन्ना चिर आनंद नहीं बनता, पता नहीं लगता भी गुरु ने हुक्म की कीता है, क्योंकि बाणी वख-वख इलाकियां विच महाराज ने उचारी ते साडी उह समझ तों बाहर हुंदी है। जिहड़ा हुक्मनामा पढ़िया जावे उहदे अर्थ करने बड़े लाज़मी। तो बाबा उजागर सिंह साहब जी बाणी दे ज्ञाता भी सन, जिहड़ी अर्थ करन भी जाणदे सन, उहनां ने विद्या प्राप्त कीती। तो बाबा उजागर सिंह साहब जी जिथे चंगे ग्रंथी सन उथे बाबा उजागर सिंह साहब जी चंगे कथाकार भी सन, जिथे बाबा उजागर सिंह साहब जी गुरबाणी की कथा करन जानते सन उथे बाबा जी चंगे इतिहासकार भी सन, जिथे बाबा जी इतिहासकार सन उथे बाबा जी सरंदे नाल कीर्तन बड़ा प्यारा करया करदे सन। जानी बाबा उजागर सिंह साहब जी कीर्तन बहुत वधिया करया करदे सन। हुण बाबा तारा सिंह साहब जी के बारे में गल करिए तो तुसां ही कहना ना वह कार सेवा करवाउंदे रहे, पर मैं सुनिया मैनूं बाबा तारा सिंह साहब जी का कीर्तन सुन का सुभाग प्राप्त होया, वह कीर्तन बड़ा प्यारा करिया करते सन। जिन्हों पता उसनों इस गल का पता है, बाबा तारा सिंह साहब जी कीर्तन करन विच बड़ी वड्डी महारत रखते सन। बेशक वह कीर्तन धारना वाला ही करते सन, पर जिहड़ा अगे बह जांदा सी उठण नूं जी नहीं सी करदा। 11-11 बजे, 11:30 बजे समाप्ति हुंदी सी पड़ा ते, ते समाप्ति तो बाद फिर सतनाम का जाप करदिया जाना। तो यह भी गल मैं तुहाडे नाल सांझी कर दवां भी कई बार माड़ा फुरना बन जाना तो बाबा जी ने उस वेले कीर्तन करदिया ताड़ना भई माड़ा फुरना संगत विच बह के मन विच नहीं आना चाहिए तो नहीं आना चाहिए। तो गुरु की साजी नवाजी साध संगत, बाबा उजागर सिंह साहब जी बड़े अच्छे कीर्तनीय सन, जिथे वह चंगे ग्रंथी सन उत्थे चंगे कथावाचक सन, जिथे कथावाचक सन उत्थे इतिहासकार सन, जिथे इतिहासकार सन उत्थे चंगे कीर्तनीय भी सन, ते जिथे चंगे कीर्तनीय सन उत्थे देश भगत भी सन। देश भगतां की गल करिए तो बाबा उजागर सिंह साहब जी का नाम विशेष तौर पर सामने आता है। बाबा उजागर सिंह साहब जी के डेरे विच उस वेले बब्बर अकाली आया करते सन। एक पंजाब की धरती के अंग्रेजों के राज वेले लहर चली जी आई सी कनेडा, उस लहर का नाम है गुरद्वारा सुधार लहर।
ਜਣੀ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਵਿੱਚ ਲਿਆ ਜਾਵੇ, ਆਪਣੇ ਹੱਥਾਂ ਵਿੱਚ ਲਿਆ ਜਾਵੇ ਤੇ ਜਿਹੜੇ ਮੰਤ ਕ੍ਰੀਤੀਆਂ ਕਰਦੇ ਉਹਨਾਂ ਨੂੰ ਰੋਕਿਆ ਜਾਵੇ। ਉਸੇ ਲਹਿਰ ਵਿੱਚੋਂ ਇੱਕ ਲਹਿਰ ਪੈਦਾ ਹੋਈ ਆ ਜਿਸ ਦਾ ਨਾਮ ਹੈ ਬੱਬਰ ਅਕਾਲੀ ਲਹਿਰ। ਤੇ ਬੱਬਰ ਅਕਾਲੀ ਲਹਿਰ ਦੀ ਜਿਹੜੀ ਸ਼ੁਰੂਆਤ ਨਾ ਉਹ ਦੁਆਬੇ ਦੀ ਧਰਤੀ ਤੋਂ ਲਗਭਗ ਬੰਗੇ ਨਵਾਂ ਸ਼ਹਿਰ ਵਿੱਚੋਂ ਹੋਈ। ਤੇ ਬੱਬਰਾਂ ਨੇ ਦੁਆਬੇ ਦੀ ਧਰਤੀ ਦੇ ਜਿਹੜੇ ਗਦਾਰ ਸਨ, ਜਿਹੜੇ ਟਾਊਟ ਸਨ, ਉਹਨਾਂ ਦੀ ਸੁਧਾਈ ਕੀਤੀ ਔਰ ਖਜ਼ਾਨੇ ਸਰਕਾਰ ਦੇ ਲੁੱਟੇ, ਅਮੀਰਾਂ ਨੂੰ ਲੁੱਟਿਆ ਤੇ ਗਰੀਬਾਂ ਦੀ ਮਦਦ ਕੀਤੀ ਤੇ ਦੇਸ਼ ਆਜ਼ਾਦੀ ਲਈ ਹਥਿਆਰ ਚੁੱਕੇ। ਤੋ ਮਾਝੇ ਵਿੱਚ ਵੀ ਬੱਬਰ ਅਕਾਲੀ ਅਨੇਕਾਂ ਪੈਦਾ ਹੋਏ ਤੇ ਮਾਲਵੇ ਵਿੱਚ ਵੀ ਹੋਏ। ਤੋ ਮਾਨਸੇ ਜ਼ਿਲ੍ਹੇ ਵਿੱਚ ਇੱਕ ਮਸ਼ਹੂਰ ਬੱਬਰ ਅਕਾਲੀ ਸੀ ਜਿਸਦਾ ਨਾਮ ਸੀ ਸਰਦਾਰ ਕੁੰਡਾ ਸਿੰਘ। ਕੁੰਡਾ ਸਿੰਘ ਬੱਬਰਾਂ ਨੂੰ ਨਾਲ ਲੈ ਕੇ ਗੁਰਦਾਰਾਂ ਨੂੰ ਸਜਾਵਾਂ ਦਿੰਦਾ ਹੈ, ਅਮੀਰਾਂ ਨੂੰ ਲੁੱਟਦਾ ਹੈ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮੈਂ ਸਰਦਾਰ ਕੁੰਡਾ ਸਿੰਘ ਦਾ ਜੀਵਨ ਪੜ੍ਹਿਆ ਹੈ। ਕੁੰਡਾ ਸਿੰਘ ਕਿਸੇ ਅਮੀਰ ਦੇ ਘਰ ਵਿੱਚੋਂ ਜਦੋਂ ਚਾਰ ਦਮੜੇ ਮਿਲ ਜਾਂਦੇ ਸਨ ਤੇ ਪਿੰਡਾਂ ਦੇ ਲਾਗੋਂ ਦੀ ਲੰਘਦਿਆਂ ਕਿਸੇ ਦਾ ਘਰ ਵੇਖ ਲੈਂਦੇ ਸਨ ਗਰੀਬ ਦਾ, ਤੇ ਪਤਾ ਲੱਗਦਾ ਸੀ ਵੀ ਇਹਨੇ ਛਪਰੀ ਪਾਈ, ਇਹਦੇ ਕੋਲ ਤੇ ਕੋਠਾ ਪਾਉਣ ਜੋਗੇ ਵੀ ਪੈਸੇ ਨਹੀਂ। ਤੇ ਸਰਦਾਰ ਕੁੰਡਾ ਸਿੰਘ ਉਸ ਘਰ ਦੇ ਲਾਗੋਂ ਦੀ ਲੰਘਦਾ ਲੰਘਦਾ ਉਸ ਘਰ ਵਿੱਚ ਚਲੇ ਜਾਂਦਾ ਸੀ ਤੇ ਆਪਣੀ ਜੇਬ ਵਿੱਚੋਂ ਮਾਇਆ ਕੱਢ ਕੇ ਦਿੰਦਾ ਸੀ, ਭਾਈ ਆਪਣਾ ਘਰ ਬਣਾ ਕੇ ਛੱਤ ਪਾ। ਕੁੰਡਾ ਸਿੰਘ ਇੰਨਾ ਵਧੀਆ ਬੰਦਾ ਸੀ ਵੀ ਕਿਸੇ ਦੀ ਧੀ ਜਵਾਨ ਹੋ ਜਾਵੇ ਉਹਦੇ ਕੋਲ ਪੈਸੇ ਨਹੀਂ ਸਨ ਲੜਕੀ ਦਾ ਵਿਆਹ ਕਰਨ ਜੋਗੇ, ਤੇ ਕੁੰਡਾ ਸਿੰਘ ਨੂੰ ਪਤਾ ਲੱਗ ਜਾਂਦਾ ਸੀ ਤੇ ਹਨੇਰੇ ਸਵੇਰੇ ਆ ਕੇ ਪੈਸੇ ਦੇ ਕੇ ਜਾਂਦਾ ਸੀ ਵੀ ਗਰੀਬ ਬੱਚੀ ਦਾ ਵਿਆਹ ਕਰਕੇ ਜੋ ਲੋੜਵੰਦ ਹੈ ਉਹਦੇ ਹੱਥ ਪੀਲੇ ਕਰਕੇ ਇਹਨੂੰ ਚੂੜਾ ਪਾ ਕੇ ਇਹਨੂੰ ਥੋੜੀਆਂ ਲੋੜੀਂਦੀਆਂ ਵਸਤਾਂ ਦੇ ਕੇ ਮੇਰੇ ਵੱਲੋਂ ਇਸ ਬੀਬੀ ਨੂੰ ਤੋਰ ਦੇਣਾ। ਇਹ ਸਰਦਾਰ ਕੁੰਡਾ ਸਿੰਘ ਦੇ ਹਿੱਸੇ 'ਚ ਆਇਆ ਸੀ। ਉਹ ਸਰਦਾਰ ਕੁੰਡਾ ਸਿੰਘ ਬੱਬਰ ਅਕਾਲੀ ਅਕਸਰ ਬਾਬਾ ਉਜਾਗਰ ਸਿੰਘ ਸਾਹਿਬ ਜੀ ਦੇ ਡੇਰੇ ਵਿੱਚ ਆਇਆ ਕਰਦੇ ਸਨ। ਇਤਿਹਾਸ ਦੇ ਪੰਨਿਆਂ ਦੇ ਜ਼ਿਕਰ ਆਉਂਦਾ ਹੈ ਕਿ ਰਾਤ ਦੇ ਵਕਤ ਇੱਕ ਪਠਾਨ ਦੀ ਸੁਧਾਈ ਕਰਕੇ ਉਹਦੇ ਘਰ ਵਿੱਚੋਂ ਕੁੰਡਾ ਸਿੰਘ ਤੇ ਨਾਲ ਦੇ ਸਾਥੀਆਂ ਨੂੰ ਜੋ ਕੁਝ ਮਿਲਿਆ ਉਹ ਲੁੱਟਣ ਤੋਂ ਬਾਅਦ, ਉਹ ਲੈਣ ਤੋਂ ਬਾਅਦ, ਉਹ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਉਜਾਗਰ ਸਿੰਘ ਸਾਹਿਬ ਜੀ ਦੇ ਡੇਰੇ ਵਿੱਚ ਸਰਦਾਰ ਕੁੰਡਾ ਸਿੰਘ ਹੁਣੀ ਆਣ ਪਹੁੰਚੇ। ਆਣ ਪਹੁੰਚੇ ਤੇ ਜਿਹੜਾ ਉੱਥੋਂ ਦਾ ਸਮਾਨ ਸੀ ਜੋ ਕੁਝ ਹੱਥ ਲੱਗਾ ਕੁਝ ਤਾਂ ਆਪਸ ਵਿੱਚ ਵੀ ਵੰਡ ਰਹੇ ਸਨ ਤੇ ਕੁਝ ਵਿਚਾਰਾਂ ਕਰ ਰਹੇ ਸਨ ਵੀ ਕਿਹੜਾ ਹਥਿਆਰ ਖਰੀਦਣ ਵਾਲਾ, ਅਸਲਾ ਕਿੰਨਾ ਕੁ ਲੈਣਾ ਹੈ, ਕਿੱਥੇ ਕਿਸੇ ਕਿਸੇ ਦੀ ਲੋੜ ਹੈ, ਕਿਹਦੇ ਕਿਹਦੇ ਵਸਤਰ ਸੌਣ ਵਾਲੇ, ਇਹ ਗੱਲਾਂ ਕਰ ਰਹੇ ਸਨ। ਜਦੋਂ ਹੱਥ ਲੱਗਾ ਮਾਲ ਕਿੱਥੇ ਕਿੱਥੇ ਵਰਤਣਾ ਇਸ ਵਿਚਾਰਾਂ ਦੀ ਸਮਾਪਤੀ ਹੋਈ ਤੇ ਸਰਦਾਰ ਕੁੰਡਾ ਸਿੰਘ ਨਾਲਦਿਆਂ ਨੂੰ ਪੁੱਛਣ ਲੱਗਾ ਵੀ ਬੱਬਰ ਭਰਾਓ ਇਹ ਦੱਸੋ ਵੀ ਅੱਜ ਸ਼ਾਮ ਨੂੰ ਕਿੱਥੇ ਜਾ ਕੇ ਗਰਜਣਾ, ਕਿਹੜੇ ਜ਼ਾਲਮ ਦੀ ਸੁਧਾਈ ਕਰਨੀ, ਕਿਹੜੇ ਟਾਊਟ ਨੂੰ ਸੋਧਣਾ ਹੈ, ਕਿਹੜੇ ਨੰਬਰਦਾਰ ਨੂੰ ਕਰਨੀ ਦਾ ਫਲ ਭੁਗਤਾਉਣਾ ਹੈ। ਜਦੋਂ ਇਹ ਗੱਲਾਂ ਕਰ ਰਹੇ ਸਨ ਤੇ ਬਾਬਾ ਉਜਾਗਰ ਸਿੰਘ ਸਾਹਿਬ ਜੀ ਸੁਣ ਰਹੇ ਸਨ ਤੇ ਬਾਬਾ ਜੀ ਉੱਠ ਕੇ ਖੜੇ ਹੋ ਗਏ। ਕਹਿਣ ਲੱਗੇ ਸਰਦਾਰ ਕੁੰਡਾ ਸਿੰਘ ਸ਼ਾਮ ਨੂੰ ਕਿਸੇ ਦੀ ਸਧਾਈ ਨਹੀਂ ਕਰਨੀ, ਸ਼ਾਮ ਨੂੰ ਕਿਸੇ ਪਾਸੇ ਨਹੀਂ ਜਾਣਾ, ਮੇਰੇ ਦਿਲ ਉੱਤੇ ਇੱਕ ਬੜਾ ਵੱਡਾ ਲੰਮੇ ਸਮੇਂ ਤੋਂ ਬੋਝ ਹੈ, ਉਹ ਬੋਝ ਤੁਸਾਂ ਉਤਾਰਨਾ ਹੈ, ਮੇਰੇ ਦਿਲ ਉੱਤੇ ਇੱਕ ਭਾਰ ਹੈ, ਮੈਂ ਕਿਸੇ ਨਾਲ ਵਾਅਦਾ ਕੀਤਾ ਤੇ ਮੈਂ ਉਸਦਾ ਕਰਜ਼ਦਾਰ ਹਾਂ ਤੇ ਉਹ ਵਾਅਦਾ ਤੁਸੀਂ ਲਾਉਣਾ। ਜਦੋਂ ਇਹ ਗੱਲ ਬਾਬਾ ਜੀ ਨੇ ਆਖੀ ਨਾ ਵੀ ਮੇਰੇ ਦਿਲ ਉੱਤੇ ਇੱਕ ਬੜਾ ਵੱਡਾ ਬੋਝ ਹੈ, ਬਾਬਾ ਉਜਾਗਰ ਸਿੰਘ ਸਾਹਿਬ ਜੀ ਨੇ ਕੁੰਡਾ ਸਿੰਘ ਨੂੰ ਮੁਖਾਤਬ ਹੋ ਕੇ ਆਖਿਆ ਵੀ ਮੇਰੇ ਸਿਰ ਉੱਤੇ ਇੱਕ ਬੜਾ ਵੱਡਾ ਬੋਝ ਹੈ ਤੇ ਬੱਬਰ ਭਰਾਓ ਤੁਸਾਂ ਲਾਉਣਾ, ਤੁਸੀਂ ਲਾ ਸਕਦੇ ਹੋ। ਤੇ ਬੱਬਰਾਂ ਨੇ ਉਸੇ ਵੇਲੇ ਕੰਨ ਕੱਸ ਲਿਆ। ਸਰਦਾਰ ਕੁੰਡਾ ਸਿੰਘ ਨੇ ਆਖਿਆ ਬਾਬਾ ਜੀ ਇੱਕ ਵਾਰੀ ਕਹੋ ਤੇ ਸਹੀ ਵੀ ਕਿਹੜਾ ਕੰਮ ਕਰਨਾ ਹੈ, ਤੁਸੀਂ ਦਿਨ ਰਾਤ ਸਾਡੀ ਸੇਵਾ ਕਰਦੇ ਹੋ, ਸਾਨੂੰ ਆਰਥਿਕ ਪੱਖ ਤੋਂ ਮਾਇਆ ਦੀ ਮਰਦ ਵੀ ਕਰਦੇ ਹੋ, ਬਸਤਰੀ ਸਵਾ ਕੇ ਦਿੰਦੇ ਹੋ, ਹਨੇਰੇ ਸਵੇਰੇ ਪ੍ਰਸ਼ਾਦਾ ਵੀ ਛਕਾਉਂਦੇ ਹੋ, ਸਾਡੀਆਂ ਤੁਹਾਡੇ ਡੇਰੇ ਵਿੱਚੋਂ ਲੋੜਾਂ ਪੂਰੀਆਂ ਹੁੰਦੀਆਂ ਤੇ ਫਿਰ ਅਸੀਂ ਕਾਹਦੇ ਦੇਸ਼ ਭਗਤ ਹੋਏ, ਜੇ ਬਾਬਾ ਜੀ ਦੀ ਗੱਲ ਨਾ ਮੰਨੀ ਤਾਂ। ਬਾਬਾ ਜੀ ਦੱਸੋ ਵੀ ਤੁਹਾਡੇ ਦਿਲ ਉੱਤੇ ਬੋਝ ਕੀ ਹੈ। ਜਦੋਂ ਇਹ ਗੱਲ ਸਰਦਾਰ ਕੁੰਡਾ ਸਿੰਘ ਨੇ ਆਖੀ ਤੇ ਬਾਬਾ ਉਜਾਗਰ ਸਿੰਘ ਸਾਹਿਬ ਦੇ ਦਿਲ ਉੱਤੇ ਬੋਝ ਕੀ ਸੀ, ਬਾਬਾ ਜੀ ਨੇ ਬੱਬਰਾਂ ਨੂੰ ਮੁਖਾਤਬ ਹੋ ਕੇ ਆਪਣੀ ਪੰਵ ਰਸਮ ਤੋਂ ਦੱਸਣ ਦਾ ਯਤਨ ਕੀਤਾ ਕੀ ਸੀ ਬੋਝ ਬਾਬਾ ਜੀ ਦੇ ਦਿਲ ਉੱਤੇ ਜਿਹੜਾ ਉਹਨੂੰ ਪਰੇਸ਼ਾਨ ਕਰ ਰਿਹਾ ਸੀ। ਆਪ ਜੀ ਸਰਵਣ ਕਰਨ ਦੀ ਕੋਸ਼ਿਸ਼ ਕਰਨੀ, ਢਾਡੀ ਕਲਾ ਦੀ ਇੱਕ ਚਾਲ ਹੈ ਬੈਂਤ, ਬੈਂਤ ਕਈ ਚਾਲਾਂ ਵਿੱਚ ਗਾਇਆ ਜਾਂਦਾ ਹੈ, ਇਹਨੂੰ ਅਸੀਂ ਸਿਆਲਕੋਟੀ ਚਾਲ ਵਿੱਚ ਅਰਜ ਕਰਨ ਲੱਗੇ ਹਾਂ। ਤਵਜੋ ਦੇ ਕੇ ਸਰਵਣ ਕਰਨਾ ਜੀ। ਉਹ ਮਾਨਸੇ ਜ਼ਿਲ੍ਹੇ ਵਿੱਚ ਹੀਰੋ ਕਲਾ ਪਿੰਡ ਹੈ, ਪਿੰਡ ਦੇ ਬਾਹਰ ਬਾਰ ਇੱਕ ਗੁਰਦੁਆਰਾ ਹੈ ਤੇ ਗੁਰਦੁਆਰੇ ਵਿੱਚ ਆਏ ਨੇ ਬੱਬਰ ਅਕਾਲੀ ਤੇ ਬੱਬਰ ਅਕਾਲੀਆਂ ਨੂੰ ਮੁਖਾਤਬ ਹੋ ਕੇ ਹੀਰੋ ਕਲਾਂ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਉਜਾਗਰ ਸਿੰਘ ਸਾਹਿਬ ਜੀ ਆਪਣਾ ਮਨ ਹੌਲਾ ਕਰਦੇ ਹੋਏ ਉਹਨਾਂ ਨੂੰ ਆਪਣੇ ਮਨ 'ਤੇ ਲੱਗਾ ਹੋਇਆ ਬੋਝ ਉਤਾਰਨ ਵਾਸਤੇ ਕੁਛ ਸ਼ਬਦਾਂ ਵਿੱਚ ਕਿਉਂ ਆਹ
संते ओ जात्र संग सूर पीरो अगल पारी उपकार कमाने वो सिंह साहब जी उठ के खड़े हुए कहन लगे बबरो गुरु के बाग दे मोर्चे दी कहानी बारे तुसी सारे जानते हो गुरु का बाग जिन्हां नूं नहीं इस गल दी जानकारी सखेप जी बेनती करा अमृतसर साहब जी दे पहाड़ दी पाई एक पिंड है कुके वाली कुके वाली पिंड विच गुरु अर्जन देव सच्चे पातशाह महाराज जी गए रुख बहुत सन उत्थे रोड बड़े सी चिट्टे रंग दे रोड जिहदे चूने नाल पिछले जमाने विच इमारतां दी उसारी कीती जांदी गुरु अर्जन देव सच्चे पातशाह महाराज जी ने उत्थे जाके टिकाणा कीता ते महाराज दे चरण पैण करके लोक उहनूं गुरु की रौड कहण लग पए गुरु की रौड रौड दा अर्थ हुंदा सी वेहली थां जिथे डंगरां दी चराण चरूण जां रौड राड होणे उहनां नूं रौड कहा जांदा उसे थां दे गुरु तेग बहादुर साहब महाराज भी आए जदों गुरगद्दी प्राप्त की महाराज जी अमृतसर के दर्शनों लिए आए
ਤੇ ਅਮਰ ਸਰੀਆਂ ਮਸੰਦਾਂ ਨੇ ਅੰਦਰ ਨਾ ਵੜਨ ਦਿੱਤਾ ਤੇ ਮਹਾਰਾਜ ਅਕਾਲ ਤਖਤ ਸਾਹਿਬ ਦੇ ਲਾਗੇ ਬੈਠੇ ਰਹੇ ਤੇ ਇੱਥੋਂ ਫਿਰ ਚੱਲ ਕੇ ਪਰੇ ਚਲੇ ਗਿਆ ਗੁਰੂ ਕੀ ਰੋਡ ਦੇ ਤੇ ਮਹਾਰਾਜ ਨੂੰ ਉਹ ਥਾਂ ਬੜੀ ਪਸੰਦ ਆਈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਇੱਥੇ ਬਾਗ ਲਾ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਆਗਿਆ ਪਾ ਕੇ ਇਲਾਕੇ ਦੀ ਸੰਗਤ ਨੇ ਬਾਗ ਲਾ ਦਿੱਤਾ ਤੇ ਫਿਰ ਉਹਨੂੰ ਗੁਰੂ ਕਾ ਬਾਗ ਕਹਿਣ ਲੱਗ ਪਏ ਅੱਜ ਵੀ ਗੁਰੂ ਕੇ ਬਾਗ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ ਕਿ ਸਾਬਕਾ ਫੌਜੀਆਂ ਦੀ ਇੱਕ ਲਹਿਰ ਕੈਨੇਡਾ ਦੀ ਧਰਤੀ ਤੋਂ ਉੱਠੀ ਸੀ ਜਿਹਨੂੰ ਗੁਰਦੁਆਰਾ ਸੁਧਾਰ ਲਹਿਰ ਕਿਹਾ ਜਾਂਦਾ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਫੌਜੀਆਂ ਨੇ ਮਹੰਤ ਸੁੰਦਰ ਦਾਸ ਕੋਲੋਂ ਗੁਰੂ ਕਾ ਬਾਗ ਆਜ਼ਾਦ ਕਰਾਉਣ ਵਾਸਤੇ ਮੋਰਚਾ ਲਾ ਦਿੱਤਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸੌ ਸੌ ਸਿੰਘਾਂ ਦਾ ਜਥਾ ਜਾਂਦਾ ਅੰਗਰੇਜ਼ ਸਰਕਾਰ ਦੀ ਪੁਲਿਸ ਉਹਨਾਂ ਦੇ ਡਾਂਗਾਂ ਭਰਾਉਂਦੀ ਹੈ ਘੋੜਿਆਂ ਤੇ ਚੜੀ ਹੋਈ ਪੁਲਿਸ ਜਦੋਂ ਸਮਾਂ ਵਾਲੀਆਂ ਡਾਂਗਾਂ ਭਰਾਉਂਦੀ ਹੈ ਸਿੰਘਾਂ ਉੱਤੇ ਜਿਹੜੇ ਕਾਲੀਆਂ ਦਸਤਾਰਾਂ ਬੰਨ ਕੇ ਜਾਂਦੇ ਤੇ ਜਦੋਂ ਕੋਈ ਸਿੰਘ ਡਿੱਗ ਪੈਂਦਾ ਉਹਦੀ ਪੱਗ ਲਾਈ ਜਾਂਦੀ ਹੈ ਉਹਨੂੰ ਵਾਲਾਂ ਤੋਂ ਫੜ ਕੇ ਧੂ ਕੇ ਗੰਦੇ ਪਾਣੀ ਵਿੱਚ ਖਿੱਚਿਆ ਜਾਂਦਾ ਫਿਰ ਉਹਨਾਂ ਦੀਆਂ ਛਾਤੀਆਂ ਦੇ ਉੱਤੋਂ ਦੀ ਘੋੜੇ ਦੜਾਏ ਜਾਂਦੇ ਜਾਣੀ ਸੁੰਬਾਂ ਵਾਲੇ ਘੋੜਿਆਂ ਨਾਲ ਉਹਨਾਂ ਨੂੰ ਫੱਟੜ ਕੀਤਾ ਜਾਂਦਾ ਹੈ ਤੇ ਫਿਰ ਸਾਰਿਆਂ ਨੂੰ ਇਕੱਠੇ ਇੱਕ ਥਾਂ ਤੇ ਕੈਦ ਕਰ ਲਿਆ ਜਾਂਦਾ ਹੈ ਇਹ ਕਹਾਣੀ ਲਗਭਗ ਤੁਸੀਂ ਜਾਣਦੇ ਹੋਵੋਗੇ ਕਿ ਉਹਨਾਂ ਨੂੰ ਮੁੜ ਕੇ ਅਟਕ ਜੇਲ੍ਹ ਵਿੱਚ ਇੱਕ ਟ੍ਰੇਨ ਰਾਹੀਂ ਪਹੁੰਚਾਇਆ ਜਾ ਰਿਹਾ ਸੀ ਤੇ ਉਹ ਪੰਜਾ ਸਾਹਿਬ ਵਾਲਾ ਸਾਕਾ ਹੋਇਆ ਜਿੱਥੇ ਕਰਮ ਸਿੰਘ ਤੇ ਪ੍ਰਤਾਪ ਸਿੰਘ ਸ਼ਹੀਦ ਹੋਏ ਤੇ ਸਾਰੀ ਜ਼ਿੰਮੇਵਾਰੀ ਉਸ ਵੇਲੇ ਜਿਹੜੇ ਅਫਸਰ ਸੀ ਜੀ ਉਹਦਾ ਨਾਮ ਸੀ ਪੁਲਿਸ ਦਾ ਕਪਤਾਨ ਸੀ ਤੇ ਉਹਦਾ ਨਾਮ ਸੀ ਬੀਟੀ ਪੁਲਿਸ ਕਪਤਾਨ ਬੀਟੀ ਦੀ ਨਿਗਰਾਨੀ ਵਿੱਚ ਸਾਰਾ ਜ਼ੁਲਮ ਹੋਇਆ ਜੋ ਕੁਝ ਹੋਇਆ ਤੇ ਬਾਬਾ ਉਜਾਗਰ ਸਿੰਘ ਸਾਹਿਬ ਜੀ ਕਹਿਣ ਲੱਗੇ ਜਿਹੜੇ ਬੀਟੀ ਦੇ ਹੁਕਮ ਨਾਲ ਸਿੱਖਾਂ ਤੇ ਜ਼ੁਲਮ ਢਾਇਆ ਗਿਆ ਸੀ ਨਾ ਉਹ ਬੀਟੀ ਅੱਜ ਕੱਲ੍ਹ ਚੱਠੇ ਪਿੰਡ ਵਿੱਚ ਰਹਿੰਦਾ ਹੈ ਚੱਠੇ ਪਿੰਡ ਵਿੱਚ ਹਰਨਾਮ ਕੌਰ ਨਾਮ ਦੀ ਇੱਕ ਔਰਤ ਆ ਤੇ ਉਹਦੇ ਨਾਲ ਉਹਨੇ ਵਿਆਹ ਕੀਤਾ ਤੇ ਉਹ ਚੱਠੇ ਪਿੰਡ ਦੀ ਜੂਹ ਵਿੱਚ ਨਿਆਂ ਵਿੱਚ ਉਹਨਾਂ ਨੇ ਪਾਈ ਆ ਕੋਠੀ ਤੇ ਉੱਥੇ ਰਹਿੰਦੇ ਤੇ ਬਾਬਾ ਜੀ ਕਹਿਣ ਲੱਗੇ ਅਸੀਂ ਗਏ ਸਾਂ ਉੱਥੇ ਅਖੰਡ ਪਾਠ ਸਾਹਿਬ ਕਰਨ ਵਾਸਤੇ ਅਸੀਂ ਤਿੰਨ ਦਿਨ ਉੱਥੇ ਅਖੰਡ ਪਾਠ ਸਾਹਿਬ ਕੀਤਾ ਤੇ ਅਖੰਡ ਪਾਠ ਸਾਹਿਬ ਦਾ ਪਿਆ ਭੋਗ ਤੇ ਭੋਗ ਤੋਂ ਬਾਅਦ ਅਸੀਂ ਗੁਰੂ ਸ਼ਬਦ ਦੀ ਵਿਚਾਰ ਕੀਤੀ ਤੇ ਬਾਬਾ ਜੀ ਕਹਿਣ ਲੱਗੇ ਵਿਚਾਰ ਕਰਦਿਆਂ ਅਸੀਂ ਇਹ ਦੱਸਿਆ ਵੀ ਅੰਮ੍ਰਿਤ ਛਕਣ ਨਾਲ ਗੁਰੂ ਦੇ ਦਰ ਤੇ ਬੰਦਾ ਪ੍ਰਵਾਨ ਚੜ੍ਹ ਜਾਂਦਾ ਜਾਣੀ ਗੁਰੂ ਦਾ ਹੋ ਜਾਂਦਾ ਓਦਾਂ ਬੰਦਾ ਮਾਪਿਆਂ ਦੇ ਘਰੇ ਜਨਮ ਲੈਂਦਾ ਹੈ ਦੋ ਜਨਮ ਹੁੰਦੇ ਨੇ ਬੰਦੇ ਇੱਕ ਤਾਂ ਮਾਪਿਆਂ ਦੇ ਘਰੇ ਜਨਮ ਲੈਂਦਾ ਤੇ ਜਿਹੜਾ ਮਾਪਿਆਂ ਦੇ ਘਰੇ ਜੰਮਦਾ ਹੈ ਪਹਿਲਾਂ ਬਚਪਨਾ ਹੁੰਦਾ ਫਿਰ ਜਵਾਨੀ ਹੁੰਦੀ ਫਿਰ ਬੁਢਾਪਾ ਬੁਢਾਪੇ ਤੋਂ ਬਾਅਦ ਮੌਤ ਤੋਂ ਬਾਅਦ ਦੁਸਹਿਰਾ ਤੇ ਦੁਸਹਿਰੇ ਤੋਂ ਬਾਅਦ ਵਰੀਣਾ ਤੇ ਵਰੀਣੇ ਤੋਂ ਬਾਅਦ ਕੁਝ ਵੀ ਤੇ ਜਿਹੜਾ ਗੁਰੂ ਦੇ ਘਰ ਜਨਮ ਲੈਂਦਾ ਨਾ ਉਹਦੇ ਬਾਰੇ ਵਿੱਚ ਮਹਾਰਾਜ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਸਤਿਗੁਰ ਕੈ ਜਨਮ ਹੈ ਗਮਨ ਮਟਾਇਆ ਜਿਹੜਾ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਘਰ ਵਿੱਚ ਜੰਮ ਪੈਂਦਾ ਅੰਮ੍ਰਿਤ ਛਕ ਲੈਂਦਾ ਹੈ ਜਾਣੀ ਉਹਦਾ ਪੁੱਤ ਬਣ ਜਾਂਦਾ ਹੈ ਉਹ 84 ਦੇ ਗੇੜ ਤੋਂ ਨਜਾਤ ਪਾ ਲੈਂਦਾ ਉਹ ਮੁੜ ਕੇ ਆਉਂਦਾ ਜਾਂਦਾ ਨਹੀਂ ਜੰਮਦਾ ਮਰਦਾ ਜਦੋਂ ਅਸੀਂ ਇਹ ਵਿਚਾਰ ਕੀਤੀ ਵੀ ਅੰਮ੍ਰਿਤ ਛਕ ਨਾਲ ਏਡੀ ਵੱਡੀ ਉਪਾਧੀ ਪ੍ਰਾਪਤ ਹੁੰਦੀ ਹੈ ਤੇ ਜਿਹੜੀ ਸੰਗਤ ਉੱਥੇ ਆਈ ਸੀ ਨਾ ਕਈਆਂ ਨੇ ਆਖਿਆ ਬਾਬਾ ਜੀ ਸਾਨੂੰ ਵੀ ਅੰਮ੍ਰਿਤ ਛਕਾਓ ਅਸੀਂ ਵੀ ਗੁਰੂ ਵਾਲੇ ਬਣ ਜਾਈਏ ਅਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤ ਬਣ ਜਾਈਏ ਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇਕੱਠੇ ਹੋ ਕੇ ਡੇਰੇ ਆ ਜਾਓ ਤੇ ਉੱਥੇ ਪੰਜ ਪਿਆਰੇ ਸੱਦੇ ਜਾਣਗੇ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਤੇ ਤੁਸੀਂ ਛਕ ਕੇ ਗੁਰੂ ਵਾਲੇ ਬਣ ਜਾਣਾ ਉੱਥੇ ਹਰਨਾਮ ਕੌਰ ਤੇ ਬੀਟੀ ਵੀ ਆਏ ਸਨ ਉਹ ਸ਼ੋਕ ਸਮਾਗਮ ਉੱਤੇ ਜਿੱਥੇ ਪ੍ਰਾਣੀ ਚੜ੍ਹਾਈ ਕਰ ਗਿਆ ਸੀ ਉਹਦੇ ਭੋਗ ਉੱਤੇ ਜਿੱਥੇ ਅਸੀਂ ਬੋਲੇ ਉਹ ਬੀਟੀ ਜਿਹਨੇ ਗੁਰੂ ਕੇ ਬਾਗ ਵਿਖੇ ਜ਼ੁਲਮ ਢਾਇਆ ਸੀ ਸਿੱਖਾਂ ਉੱਤੇ ਉਹੀ ਉੱਥੇ ਆਇਆ ਸੀ ਤੇ ਜਿਹੜੀ ਔਰਤ ਨਾਲ ਉਹਨੇ ਵਿਆਹ ਕਰਾਇਆ ਹਰਨਾਮ ਕੌਰ ਉਹਦੇ ਨਾਲ ਉਹ ਵੀ ਉੱਥੇ ਆਇਆ ਸੀ ਦੋਨੇ ਆਏ ਸਨ ਤੇ ਉਹਨਾਂ ਨੇ ਆਖਿਆ ਸੰਗਤ ਵੱਲ ਵੇਖ ਕੇ ਆਖਿਆ ਬਾਬਾ ਜੀ ਸਾਨੂੰ ਵੀ ਅੰਮ੍ਰਿਤ ਛਕਾਓ ਉਹਨਾਂ ਆਖਿਆ ਸਾਨੂੰ ਵੀ ਅੰਮ੍ਰਿਤ ਛਕਾਓ ਤੇ ਅਸੀਂ ਸੰਗਤ ਨੂੰ ਤੇ ਆਖਿਆ ਸੀ ਵੀ ਤੁਸੀਂ ਡੇਰੇ ਆ ਜਾਓ ਤੁਹਾਨੂੰ ਉੱਥੇ ਅੰਮ੍ਰਿਤ ਛਕਾਵਾਂਗੇ ਪੰਜ ਪਿਆਰੇ ਸੱਦ ਕੇ ਤੇ ਜਦੋਂ ਬੀਟੀ ਨੇ ਆਖਿਆ ਹਰਨਾਮ ਕੌਰ ਨੇ ਆਖਿਆ ਵੀ ਸਾਨੂੰ ਵੀ ਅੰਮ੍ਰਿਤ ਛਕਾਓ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਬਾਕੀ ਸੰਗਤ ਨੂੰ ਅੰਮ੍ਰਿਤ ਡੇਰੇ ਛਕਾਇਆ ਜਾਵੇਗਾ ਪਰ ਤੁਹਾਨੂੰ ਉੱਥੇ ਨਹੀਂ ਅੰਮ੍ਰਿਤ ਛਕਾਇਆ ਤੁਹਾਨੂੰ ਇੱਥੇ ਪਿੰਡ ਹੀ ਛਕਾਉਣ ਵਾਲੇ ਭੇਜ ਦੇਵਾਂਗੇ ਤੇ ਅੰਮ੍ਰਿਤ ਐਸਾ ਛਕਾਉਣਗੇ ਜਿਹਦੇ ਵਿੱਚ ਮੁੜ ਕੇ ਕਚਿਆ ਹੀ ਨਹੀਂ ਆਉਣੀ ਜਾਣੀ ਦੁਬਾਰਾ ਨਹੀਂ ਸੁਧਾਈ ਕਰਨੀ ਪਵੇਗੀ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਬੀਟੀ ਆ ਇਹਨੂੰ ਅੰਮ੍ਰਿਤ ਸ਼ੀ ਛਕਾਉਣਾ ਇਹਦਾ ਤੇ ਕੀਰਤਨ ਸੋਹਲਾ ਹੀ ਪੜ੍ਹਨਾ ਚਾਹੀਦਾ ਤੇ ਮੇਰੇ ਦਿਲ ਤੇ ਬੋਝ ਸੀ ਜਦੋਂ ਮੈਂ ਉਹਨੂੰ ਵੇਖਿਆ ਵੀ ਇਹ ਉਹੀ ਬੰਦਾ ਹੈ ਜਿਹਨੇ ਸਿੱਖ ਭਰਾਵਾਂ ਦੇ ਜ਼ੁਲਮ ਕੀਤਾ ਤੇ ਮੈਂ ਸਾ ਸਿੱਖ ਵੇਖ ਕੇ ਮੇਰੀ ਆਤਮਾ ਤੜਫੁੱਟੀ ਦੇ ਕਰਨ ਜੋਗਾ ਮੈਂ ਕੁਝ ਨਹੀਂ ਸਾਂ ਇਸ ਕਰਕੇ ਮੇਰੇ ਸਿਰ ਉੱਤੇ ਬੋਝ ਸੀ ਤੇ ਬੱਬਰ ਭਰਾਓ ਵਟਦਾ ਦੇ ਚੱਠੇ ਪਿੰਡ ਵਿੱਚ ਹਰਨਾਮ ਕੌਰ ਨਾਲ ਉਹਨਾਂ ਨੇ ਨਿਆਂਈ ਵਿੱਚ ਪਾਈ ਆ ਕੋਠੀ ਤੇ ਆਹ ਕੰਮ ਪਹਿਲਾਂ ਕਰੋ ਵੀ ਜਿਹਨੇ ਸਿੱਖ ਭਰਾਵਾਂ ਦੇ ਡਾਂਗਾਂ ਮਾਰ ਮਾਰ ਕੇ ਹੱਡ ਭੰਨੇ ਸਨ ਪਹਿਲਾਂ ਉਹਨੂੰ ਗੱਡੀ ਚੜਾਓ ਤੇ ਬਾਕੀ ਕੰਮ ਫੇਰ ਕਰ ਜਦੋਂ ਇਹ ਗੱਲ ਬਾਬਾ ਉਜਾਗਰ ਸਿੰਘ ਸਾਹਿਬ ਜੀ ਨੇ ਕੀਤੀ ਤੇ ਬੱਬਰਾਂ ਦੇ ਨਾਲ ਇੱਕ ਬੰਦਾ ਸੀ ਜਿਹਦਾ ਨਾਮ ਸੀ ਕਾਕਾ ਸਿੰਘ ਕਾਕਾ ਸਿੰਘ ਉੱਠ ਕੇ ਖਲੋ ਗਿਆ ਕਹਿਣ ਲੱਗਾ ਬਾਬਾ ਜੀ ਜਿਹੜੀ ਹਰਨਾਮ ਕੌਰ ਦੀ ਤੁਸੀਂ ਗੱਲ ਕਰਦੇ ਹੋ ਤੇ ਮੇਰੀ ਵੱਡੀ ਭਰਜਾਈ ਉਸੇ ਹਰਨਾਮ ਕੌਰ ਨੇ ਕਈ ਵਾਰੀ ਮੈਨੂੰ ਥਾਣੇ ਫੜਾ ਕੇ ਕੁਟਾਇਆ
कई वारी मैनू पिंड छड्डण लई मजबूर कीता, कई वारी मैं जेल गया। ओ बद चलन औरत है ते मेरा वड्डा भरा सी सुच्चा सिंह जी दी ओह घर वाली है। उस बद चलन औरत नूं सुच्चा सिंह वरजदा भरिया पर ओह आखे ना लगी ते उहने यार दे के मार दिता मेरे भरा नूं। रब वर्गा सी मेरा भरा, उहदा किरदार बड़ा वधिया सी, मेहनती बंदा सी। और हरनाम कौर वड्डी भरजाई ने यार दे के मार दिता ते उहदा चलिया केस। ते जिहड़े बीटी दी तुसीं गल करदे हो ना, वह अमृतसरों बदल के चले गए अंबाले ते उत्थे लगा सी जज ते उहदी अदालत विच केस चलदा सी ते उत्थे उहनां दीआं अखां चार हो गईआं ते तां उहनां ने विआह कराया। ते मैनूं वी उह परेशान करदे ने मब्बरां नाल रलण दा, मेरा कारण इह है वी मैनूं घर विच टिकण नहीं दिंदे। जदों इह गल सांझी कीती ना काका सिंह ने, ते जिहड़ा उहनां दा सरदार सी जिसदा नाम मैं कुंडा सिंह तुहाडे नाल सांझा कर रहा, कुंडा सिंह दे मन विच इक उस वेले तजवीज़ सुझी भी इस तरह आ काम किया जा सकता है। जदों उहने मन की सोच नूं लड़ाया, उहनूं पता लग गया भी काका सिंह बीटी दीआं नज़रां विच मुजरम है, इस नूं बणावांगे मुद्दा, बीटी तक कीती जावेगी पहुँच। उहदे मन विच ख्याल उत्पन्न होए ते उहने बाबा उजागर सिंह साहब जी नूं आखिया, बाबा जी जिहड़ी तुसीं गल आखी ना असीं उहदे ते फुल चढ़ा देंगे, बीटी नूं इहो जिहा अमर छकावांगे भी मुड़ के सधाई करन दी लोड़ ही ना पवे। ਉੱਦਾਂ ਬੰਦੇ ਨੇ ਅੰਮ੍ਰਿਤ ਛਕਿਆ ਹੋਵੇ ਤੇ ਕਈ ਵਾਰੀ ਕੋਈ ਗਲਤੀ ਹੋ ਜਾਵੇ ਤੇ ਚੁਲੇ ਲੈਣੇ ਪੈਂਦੇ ਨਾ ਸਫਾਈ ਕਰਨ ਵਾਸਤੇ, ਪੰਜਾਂ ਪਿਆਰਿਆਂ ਦੇ ਸਾਹਮਣੇ ਜਾਣਾ ਪੈਂਦਾ, ਉਹ ਸੇਵਾ ਲਾ ਦਿੰਦੇ। ਸਰਦਾਰ ਕੁੰਡਾ ਸਿੰਘ ਨੇ ਆਖਿਆ, ਬਾਬਾ ਜੀ ਐਸਾ ਅੰਮ੍ਰਿਤ ਛਕਾਵਾਂਗੇ ਮੁੜ ਕੇ ਅੱਖ ਹੀ ਨਾ ਪੁੱਟਣ। ਤੇ ਬਾਬਾ ਜੀ ਪਰ ਸਾਨੂੰ ਕੋਈ ਚੀਜ਼ਾਂ ਚਾਹੀਦੀਆਂ ਜੇ ਤੁਸੀਂ ਉਪਲਬਧ ਕਰਾ ਦਿਓ, ਜੇ ਉਹ ਚੀਜ਼ਾਂ ਤੁਸੀਂ ਮੁਹੱਈਆ ਕਰਾ ਦਿਓ ਤੇ ਬਾਕੀ ਜਮਾ ਸਾਡਾ। ਬਾਬਾ ਉਜਾਗਰ ਸਿੰਘ ਸਾਹਿਬ ਜੀ ਕਹਿਣ ਲੱਗੇ, ਕੁੰਡਾ ਸਿੰਘ ਇੱਕ ਵਾਰੀ ਕਹੋ ਤੇ ਸਹੀ ਵੀ ਤੁਹਾਨੂੰ ਚਾਹੀਦਾ ਕੀ। ਤੇ ਸਰਦਾਰ ਕੁੰਡਾ ਸਿੰਘ ਨੇ ਆਖਿਆ, ਬਾਬਾ ਜੀ ਸਾਨੂੰ ਚਾਹੀਦੀਆਂ ਪੁਲਿਸ ਦੀਆਂ ਵਰਦੀਆਂ, ਇੱਕ ਚਾਹੀਦੀ ਆ ਥਾਣੇਦਾਰ ਦੀ ਵਰਦੀ, ਦੋ ਚਾਹੀਦੀਆਂ ਹੌਲਦਾਰਾਂ ਦੀਆਂ ਵਰਦੀਆਂ, ਇੱਕ ਚਾਹੀਦੀ ਆ ਸਿਪਾਹੀ ਦੀ ਵਰਦੀ, ਇੱਕ ਚਾਹੀਦੀ ਆ ਹੱਥ ਘੜੀ। ਤੇ ਬਾਬਾ ਜੀ ਕਹਿਣ ਲੱਗੇ, ਚੀਜ਼ਾਂ ਕਿੱਥੋਂ ਲਿਆਈਏ। ਸਰਦਾਰ ਕੁੰਡਾ ਸਿੰਘ ਨੇ ਆਖਿਆ, ਬਾਬਾ ਜੀ ਪਟਿਆਲੇ ਦੇ ਕੁਆੜ ਖਾਨੇ ਤੋਂ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਅੱਜ ਕੱਲ੍ਹ ਵੀ ਅਸੀਂ ਖਰੀਦਣੀਆਂ ਹੋਣ ਤੇ ਕੁਆੜਾਂ ਦੀ ਦੁਕਾਨ ਤੋਂ ਇਹੋ ਜਿਹੀਆਂ ਮਿਲ ਜਾਂਦੀਆਂ। ਤੋ ਬਾਬਾ ਜੀ ਨੂੰ ਕਹਿਣ ਲੱਗੇ ਸਰਦਾਰ ਕੁੰਡਾ ਸਿੰਘ, ਕਹਿਣ ਲੱਗੇ ਬਾਬਾ ਜੀ ਪਟਿਆਲੇ ਭੇਜੋ ਕੋਈ ਬੰਦਾ, ਉਹ ਕੁਆੜ ਦੀ ਦੁਕਾਨ ਤੋਂ ਇਹ ਚੀਜ਼ਾਂ ਲੈ ਆਵੇ ਤੇ ਸਾਡਾ ਲੈ ਜਾਏ ਮੇਚਾ, ਸਾਡਾ ਨਾਪ ਲੈ ਜਾਏ ਤੇ ਨਾਪ ਮੁਤਾਬਕ ਲਿਆਵੇ ਵਰਦੀਆਂ, ਤੇ ਧੁਆ ਕੇ ਪ੍ਰੈਸ ਕਰਾ ਕੇ ਲੈ ਆਵੇ ਤੇ ਇੱਕ ਲੈ ਆਵੇ ਹੱਥਕੜੀ ਤੇ ਬਾਕੀ ਕੰਮ ਅਸੀਂ ਆਪੇ ਕਰਦਾ। ਤੇ ਬਾਬਾ ਜੀ ਨੇ ਆਖਿਆ, ਜੇ ਪਟਿਆਲੇ ਮਿਲ ਜਾਂਦੀਆਂ ਤੇ ਆਪਾਂ ਪ੍ਰਾਪਤ ਕਰ ਲੈਣਾ। ਗੁਰੂ ਕੀ ਸਾਦੀ ਨਵਾਜੀ ਸਾਧ ਸੰਗਤ ਇਤਿਹਾਸ ਕਹਿੰਦਾ ਹੈ ਕਿ ਸਰਦਾਰ ਕੁੰਡਾ ਸਿੰਘ ਦੀ ਇਹ ਗੱਲ ਸੁਣ ਕੇ ਬਾਬਾ ਜੀ ਆਪਣੇ ਕਮਰੇ ਵਿੱਚ ਗਏ ਤੇ ਕਮਰੇ ਵਿੱਚ ਉਹਨਾਂ ਦਾ ਜਿਹੜਾ ਭਰੋਸੇਯੋਗ ਬੰਦਾ ਸੀ ਨਾ, ਜਿਹੜਾ ਗੱਲ ਜਿਹਦੇ ਨਾਲ ਸਾਰਿਆਂ ਬੰਦਿਆਂ ਨਾਲ ਦਿਲ ਦੀ ਗੱਲ ਸਾਂਝੀ ਸੀ ਨਾ ਕੀਤੀ ਜਾ ਸਕਦੀ, ਜਿੰਨੇ ਸੱਜਣ ਮਿੱਤਰ ਹੋਣ ਸਾਰਿਆਂ 'ਤੇ ਉਹਨਾਂ ਮਾਣ ਥੋੜ੍ਹਾ ਹੁੰਦਾ, ਉਹ ਇੱਕ ਦੋ ਸੱਜਣ ਮਿੱਤਰ ਚੰਗੇ ਹੁੰਦੇ ਨੇ ਜਿਨ੍ਹਾਂ 'ਤੇ ਯਕੀਨ ਕੀਤਾ ਜਾਂਦਾ ਹੈ, ਜਿਨ੍ਹਾਂ 'ਤੇ ਵਿਸ਼ਵਾਸ ਕੀਤਾ ਜਾਂਦਾ ਹੈ, ਜਿਹੜੇ ਦੁੱਖ ਸੁੱਖ ਦੇ ਭਾਈਵਾਲ ਹੋਣ, ਜਿਹੜੇ ਗੱਲ ਸੀਕਰਟ ਰੱਖਣ ਵਾਲੇ ਹੋਣ, ਜਿਹੜੇ ਘਰ ਦੇ ਭੇਦ ਕਿਸੇ ਨੂੰ ਨਾ ਦੱਸਣ। ਤੋ ਬਾਬਾ ਜੀ ਦੇ ਡੇਰੇ ਵਿੱਚ ਇੱਕ ਐਸਾ ਸਿੰਘ ਸੀ ਜਿਹਦਾ ਨਾਮ ਸੀ ਪੂਰਨ ਸਿੰਘ। ਉਹ ਬਾਬਾ ਜੀ ਅੱਧੀ ਰਾਤ ਕੋ ਕੰਮ ਆਖਣ ਤੇ ਪੂਰਨ ਸਿੰਘ ਕਰਨ ਲਈ ਚਲੇ ਜਾਂਦਾ ਸੀ, ਤੇ ਜਿੱਥੇ ਬਾਬਾ ਜੀ ਜ਼ੁਬਾਨ ਬੰਦ ਕਰਨ ਵਾਸਤੇ ਕਹਿੰਦੇ ਸਨ ਉਹ ਬੰਦ ਹੀ ਰੱਖਦਾ ਸੀ। ਤੇ ਜਿਹੜੇ ਕੰਮ ਬਾਬਾ ਜੀ ਭੇਜਦੇ ਸਨ ਕੋਈ ਐਸਾ ਕੰਮ ਨਹੀਂ ਸੀ ਜਿਹੜਾ ਪੂਰਨ ਸਿੰਘ ਨੇ ਨਾ ਕੀਤਾ। ਤੇ ਬਾਬਾ ਜੀ ਨੇ ਆਪਣੇ ਕਮਰੇ ਵਿੱਚ ਪੂਰਨ ਸਿੰਘ ਨੂੰ ਬੁਲਾ ਲਿਆ ਤੇ ਪੂਰਨ ਸਿੰਘ ਨੂੰ ਬੁਲਾ ਕੇ ਬਾਬਾ ਜੀ ਨੇ ਇੱਕ ਥੈਲੀ ਦਿੱਤੀ ਮਾਇਆ ਵਾਲੀ, ਰੁਪਈਆਂ ਵਾਲੀ। ਉਦੋਂ ਕਾਗਜ਼ ਦੀ ਕਰੰਸੀ ਤੇ ਆਇਆ ਹੀ ਨਹੀਂ ਸੀ, ਉਦੋਂ ਤਾਂ ਧਾਤਾਂ ਦੇ ਪੈਸੇ ਹੁੰਦੇ ਸਨ, ਆਨੇ ਦੁਆਨੀਆਂ ਹੁੰਦੇ ਸਨ, ਤੇ ਜੇ 100 ਰੁਪਇਆ ਲੈ ਕੇ ਕਿਸੇ ਨੇ ਸ਼ਹਿਰ ਜਾਣਾ ਹੋਵੇ ਤੇ ਘੋੜੀ ਤੇ ਜਾਣਾ ਪੈਂਦਾ ਸੀ ਜਾਂ ਮੋਢਿਆਂ ਤੇ ਰੱਖ ਕੇ ਲਿਜਾਣੇ ਪੈਂਦੇ ਸਨ ਕਿਉਂਕਿ ਭਾਰ ਬੜਾ ਹੁੰਦਾ ਸੀ। ਤੋ ਗੁਰੂ ਕੀ ਸਾਦੀ ਨਵਾਜੀ ਸਾਧ ਸੰਗਤ ਇਤਿਹਾਸ ਕਹਿੰਦਾ ਕਿ ਬਾਬਾ ਜੀ ਨੇ 500 ਰੁਪਈਏ ਦੀ ਥੈਲੀ ਪੂਰਨ ਸਿੰਘ ਨੂੰ ਦਿੱਤੀ ਤੇ ਪੂਰਨ ਸਿੰਘ ਨੇ ਪੁੱਛਿਆ, ਬਾਬਾ ਜੀ ਮਾਇਆ ਤੇ ਦੇ ਦਿੱਤੀ, ਇਹਨੂੰ ਕਰਨਾ ਕੀ ਹੈ? ਬਾਬਾ ਜੀ ਕਹਿਣ ਲੱਗੇ, ਡੇਰੇ ਵਿੱਚੋਂ ਖੋਲ੍ਹ ਲਓ ਘੋੜੀ ਤੇ ਘੋੜੀ ਤੇ ਹੋ ਸਵਾਰ ਤੇ ਜਾਓ ਪਟਿਆਲੇ, ਤੇ ਪਟਿਆਲੇ ਜਾ ਕੇ ਪੁਲਿਸ ਦੀਆਂ ਵਰਦੀਆਂ ਉਹ ਬੱਬਰ ਬੈਠੇ ਨੇ ਕਮਰੇ ਵਿੱਚ, ਉਹਨਾਂ ਦੇ ਕਹਿਣ ਮੁਤਾਬਕ ਨਾਪਾ ਲੈ ਲਓ, ਉਹਨਾਂ ਦਾ ਲੈ ਕੇ ਨਾਪ ਤੇ ਪੁਲਿਸ ਦੀਆਂ ਵਰਦੀਆਂ ਲੈ ਕੇ ਆਓ, ਇੱਕ ਹੱਥਕੜੀ ਲੈ ਕੇ ਆਉਣੀ, ਦੋ ਹੌਲਦਾਰਾਂ ਦੀਆਂ ਵਰਦੀਆਂ, ਇੱਕ ਥਾਣੇਦਾਰ ਦੀ ਨਾਲ ਸਟਾਰ ਲਿਆਉਣੇ। ਬਾਬਾ ਜੀ ਦੀ ਆਗਿਆ ਪਾ ਕੇ 500 ਰੁਪਈਏ ਦੀ ਥੈਲੀ ਲੈ ਕੇ ਸਰਦਾਰ ਪੂਰਨ ਸਿੰਘ ਬੱਬਰਾਂ ਨੂੰ ਜਾ ਮਿਲਿਆ। ਕੁੰਡਾ ਸਿੰਘ ਨੇ ਥਾਣੇਦਾਰ ਵਾਲੀ ਵਰਦੀ ਦਾ ਨਾਪ ਦਿੱਤਾ, ਭੋਲਾ ਸਿੰਘ ਤੇ ਬਚਨ ਸਿੰਘ ਨੇ ਹੌਲਦਾਰਾਂ ਵਾਲੀ ਤੇ ਕਰਤਾਰ ਸਿੰਘ ਨੇ ਸਿਪਾਹੀ ਵਾਲੀ ਦਾ ਤੇ ਹੱਥਕੜੀ ਲੈ ਕੇ ਆਉਣੀ ਆਉਣੀ ਸੀ। ਇਸ ਕਰਕੇ ਗੁਰੂ ਕੀ ਸਾਦੀ ਨਵਾਜੀ ਸਾਧ ਸੰਗਤ ਨਾਪ ਲੈ ਕੇ 500 ਰੁਪਈਆ ਲੈ ਕੇ ਬਾਬਾ ਜੀ ਦੀ ਆਗਿਆ ਪਾ ਕੇ ਪੂਰਨ ਸਿੰਘ ਬਾਬਾ ਜੀ ਦੇ ਡੇਰੇ ਵਿੱਚੋਂ ਘੋੜੀ ਖੋਲ੍ਹ ਕੇ ਉਹਦੇ ਤੇ ਸਵਾਰ ਹੋ ਕੇ ਪਟਿਆਲੇ ਜਾਂਦਾ ਹੈ। ਵਰਦੀਆਂ ਕਿਵੇਂ ਖਰੀਦਦਾ ਤੇ ਲਿਆ ਕੇ ਬਾਬਾ ਜੀ ਨੂੰ ਕਿਵੇਂ ਹਾਜ਼ਰ ਕਰਦਾ ਹੈ। ਢਾਡੀਆਂ ਦੀ ਦੁਨੀਆਂ ਵਿੱਚੋਂ ਇੱਕ ਬਣ ਗਈ ਹੈ ਜਗ੍ਹਾ,
जगे की चाल विच लाइन अर्ज की जा रही जिहड़ियां तरजां मैं तुहानूं दस रहा ने छेवें पातशाह गुरु हरगोबिंद साहब महाराज के दरबार में गाईआं जांदियां सन। तो महाराज के दरबार भी जो गाँवते सन ना ढाडी मीर मुश्की शबीला जी नत्था ती अब्दुल्ला जी मीर मुश्की ते शबीला जी कलगी वाले पातशाह दे वेले दे ढाडी सन छेवें पातशाह दे वेले दे ढाडी सन भाई नथमल ते अब्दुल खैर जदों ये गाँवते सन तो महाराज इन्ने प्रसन्न होंदे सन भी सोने दियां ढड्डां भी दे देंदे सन भाई ढाडी इन्नियां वधिया बीर असी वारां गाउंदे ने। तो गुरु की साजी नवाजी साध संगत छेवें पातशाह की हजाती विच गाउण वाली एक नज़म जिहनूं जग्गा कहा जांदा है जगे की चाल विच लाइनां अर्ज कीतियां जा रहियां ने। बाबा जी ने दिता 500 रुपया पूरन सिंह नूं ओह माया वाली थैली लै ली लै के बबरां दा मेटा खोली डेरे विचों घोड़ी घोड़ी दे सवार होके पूरन सिंह जांदा है पटियाले ते पटियाले जाके वर्दियां खरीद के लिया के बाबा जी नूं इउं हाजर सिंह दे सजा दे
मंजिल दरार सूरिया फड़िया फड़िया कोटे कोटे चा योगिया मच चढ़िया थानेदार दे कोल रिवालवर ना होए तो फिर भी गल नहीं बनती। रिवालवर तो बबरां दे कोल ही सी, वर्दी दी लोड़ सी, स्टार दी लोड़ सी। सरदार कुंडा सिंह दे नाप दी वर्दी ओ थानेदार वास्ते पूरन सिंह ने खरीद ली। दो हौलदारां दीआं खरीद लीआं, नाल फीतियां भी लै लईआं। हौलदारां विचों इक वड्डे हौलदार दी इक छोटी फीतियां नाल ही पता लगदा वी वड्डा हौलदार किहड़ा ते छोटा हौलदार किहड़ा है। दो हौलदारां दीआं इक छपाई दी खरीद ली ते नाल लै ली हथ कड़ी। चंगी तरहां धोआ धो के प्रैस करा के लिया के सरदार पूरन सिंह ने बाबा उजागर सिंह साहब जी के घर कमलों में लिया दी कि बाबा जी जिहड़ा तुसीं जुम्मा लाया सी मैं पूरा कर दिता, हुण तुसीं जाणो ते बब्बर जान। ते बाबा उजागर सिंह साहब जी वह वर्दियां लै के बब्बरां दे जा हाजिर कर बब्बरां दे जा हाजिर करदे ने। ते जिहड़ी थानेदार की वर्दी सी ना वह सरदार कुंडा सिंह ने पाई। थानेदार की वर्दी, थानेदार जे वर्दी पावे थानेदार की तो थानेदार वर्गा जुस्सा भी होना चाहिए, जानी शरीर भी वह जहा होना चाहिए। अपने थाने विच एक पूरन सिंह थानेदार हुंदा सी, इंस्पैक्टर सी, छोटे जे सानू कुब्बा कहिंदे सी। वह वर्दी तां पाउंदा सी थानेदार दी पर फपदा थोड़ा सी। थानेदार दी परसनैलिटी भी होनी चाहिए। वर्दी पई होए, स्टार लगे होण, पग बधी होए, मशहरे कुंडे होण ते थानेदार दा नाम ही बोले ते लोग अगों दी नहीं लंघदे। सरदार कुंडा सिंह दा जिहड़ा जिसम सी ना, जिहड़ा जुस्सा सी, उह सच्ची मुच्ची थानेदार वर्गा सी। 6.5 फुट जवान सी, भरवां जुस्सा सी, उहदियां पूणी वर्गियां मुछां सन, पूणी वर्गी। ते जदों किते मशहरे नूं ता देंदा सी ना ते निंबू उत्ते रख दईए ते थल्ले नहीं लिखदा, एडा वड्डा उहदा दाड़ा ते मशहरे फपदे सन। मैं कई वारी सोचदा आं, अक्सर सफ़र करदियां कई वारी कारां मिलदियां ने, गड्डियां मिलदियां, उहनां ते ना धागे नाल मुछां बणा के प्लास्टिक दीआं टंगियां हुंदियां ते कईआं ने नाल उहदा स्टिकर वी लाए हुंदे मुछां वाले, वेखे होणगे तुसीं। तो मैं सोचता भी ये लाउण दा कारण की, फिर मेरे मन में आपे गल आ जाती है भी जिहड़े कार विच सफ़र कर रहे हैं वो कहिंदे असीं मुछां तो नहीं रखियां पर है असीं मुछां वाले ही। तुसीं जिहड़े स्टिकर लाए ना इतों अंदाजा ला लो भी असीं है मुछां वाले हाँ पर असीं रखियां नहीं। पर जिहड़ा मुशायरे दा रोब है वो तो मुशायरे दा रोब ही है ना। हुण शेर दी मुछ नूं कोई हथ ला के विखावे भला, शेर भावें पिंजरे विच भी कैद ना कीता होए, तुसीं तजर्बा करके वेखना शेर अपनी मुछ दे वाल नूं हाथ नहीं लाउण देवेगा। जिहड़ा सरदार आ उही मुशायरे करके सरदार हन। ते जे कोई दी मुछ नूं पैसे दे के मुछ नूं हाथ लवाईए ते फिर चंगी गल थोड़ी। तो गुरु की साजी नवाजी साध संगत,
ਉਹਦੇ ਮਿਸ਼ਾਰੇ ਐਡੇ ਤਕੜੇ ਸਨ ਵੀ ਪੂਣੀ ਵਰਗੀਆਂ ਮੁੱਛਾਂ ਸੀ ਤੇ ਜਦੋਂ ਵੱਟ ਦੇ ਦਿੰਦਾ ਸੀ ਉੱਤੇ ਨਿੰਬੂ ਟਿਕ ਜਾਂਦੇ ਸਨ। ਉਹਨੇ ਪਾ ਲਈ ਵਰਦੀ ਦਿੱਤਾ ਮਿਸ਼ਾਰਿਆਂ ਨੂੰ ਤਾਂ ਦਵਾਲਵਰ ਉਹਨੇ ਡੱਬ ਚੜਾ ਲਿਆ ਲਾ ਲਿਆ ਮੋਢਿਆਂ ਦੇ ਸਟਾਰ ਸਜੀ ਮੁਜੀ ਥਾਣੇਦਾਰ ਲੱਗਣ ਲੱਗ। ਭੋਲਾ ਸਿੰਘ ਤੇ ਬਚਨ ਸਿੰਘ ਨੂੰ ਹੌਲਦਾਰਾਂ ਵਾਲੀਆਂ ਵਰਦੀਆਂ ਪਵਾ ਲਈਆਂ ਤੇ ਕਰਤਾਰ ਸਿੰਘ ਨੂੰ ਸਿਪਾਹੀਆਂ ਵਾਲੇ ਸਜੀ ਮੁਜੀ ਇੰਝ ਲੱਗਣ ਜਿਵੇਂ ਪੁਲਿਸ ਵਾਲੇ ਹੀ ਹੋਣ। ਉਹਨਾਂ ਨੇ ਫਿਰ ਇੱਕ ਤਜਵੀਜ਼ ਬਣਾਈ। ਕੁੰਡਾ ਸਿੰਘ ਕਹਿਣ ਲੱਗਾ ਵੀ ਆਪਾਂ ਜਾਣਾ ਬੀ ਟੀ ਦੇ ਕੋਲ, ਆਪਾਂ ਪੁਲਿਸ ਵਰਦੀਆਂ ਵਿੱਚ ਜਾਣਾ ਅਤੇ ਤਜਵੀਜ਼ ਇਹ ਬਣਾਈਏ ਵੀ ਕਾਕਾ ਸਿੰਘ ਨੂੰ ਬਣਾ ਲਈਏ ਮੁਜਰਮ ਅਤੇ ਇਹਨੂੰ ਲਾ ਲਈਏ ਹੱਥ ਘੜੀ, ਕਿਉਂਕਿ ਬੀ ਟੀ ਦੀਆਂ ਨਜ਼ਰਾਂ ਵਿੱਚ ਮੁਜਰਮ ਹੈ, ਹਰਨਾਮ ਕੌਰ ਦੀਆਂ ਨਜ਼ਰਾਂ ਵਿੱਚ ਮੁਜਰਮ ਹੈ, ਬੀ ਟੀ ਤੱਕ ਇਹਦੇ ਕਰਕੇ ਹੀ ਪਹੁੰਚ ਕੀਤੀ ਜਾ ਸਕਦੀ ਹੈ। ਇਹ ਸਕੀਮ ਉਹਨਾਂ ਬਹਿ ਕੇ ਬਣਾਈ, ਤਜਵੀਜ਼ ਬਣਾਈ। ਇਹ ਇਕੱਲੀ ਬੱਬਰਾਂ ਨਹੀਂ ਤਜਵੀਜ਼ ਬਣਾਈ, ਸਾਨੂੰ ਇਹ ਆਪਣੇ ਘਰਾਂ ਵਿੱਚ ਬਣਾਉਣੀ ਚਾਹੀਦੀ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਪਰਿਵਾਰ ਸਵੇਰੇ ਵੀ ਬੈਠਿਆ ਕਰਦੇ ਸਨ ਇਕੱਠੇ ਹੋ ਕੇ ਅਤੇ ਸ਼ਾਮ ਨੂੰ ਵੀ ਬੈਠਿਆ ਕਰਦੇ ਸਨ। ਪੂਰਾ ਪਰਿਵਾਰ ਬਹਿੰਦਾ ਸੀ ਸਵੇਰੇ ਵੀ ਅਤੇ ਸ਼ਾਮ ਨੂੰ। ਸਵੇਰੇ ਕਿ ਬਹਿ ਕੇ ਕਰ ਵਿਚਾਰਦੇ ਸਨ ਵੀ ਕੱਲ੍ਹ ਆਪਾਂ ਕੀ ਕੁਝ ਕੀਤਾ, ਕਿਹੜਾ ਕਿਹੜਾ ਕੱਲ੍ਹ ਵਾਲਾ ਕੰਮ ਰਹਿ ਗਿਆ ਅਤੇ ਅੱਜ ਕਰਨਾ। ਇਹ ਵੀ ਸੋਚਦੇ ਸਨ, ਬਜ਼ੁਰਗ ਨਸੀਹਤਾਂ ਕਰਿਆ ਕਰਦੇ ਸਨ ਵੀ ਫਲਾਣੇ ਬੰਦੇ ਦਾ ਕਿਰਦਾਰ ਨਹੀਂ ਚੰਗਾ, ਉਹਦੀ ਜ਼ਬਾਨ ਨਹੀਂ ਚੰਗੀ, ਉਹ ਬਾਹਰੋਂ ਵੇਖਣ ਨੂੰ ਚੰਗਾ ਲੱਗਦਾ, ਅੰਦਰੋਂ ਚੰਗਾ ਨਹੀਂ, ਉਹਦੀ ਸੰਗਤ ਨਾ ਖੜਿਆ ਜੇ, ਮਾੜੇ ਦੀ ਸੰਗਤ ਬੰਦੇ ਨੂੰ ਰਸਾਤਲ ਵੱਲੇ ਲੈ ਜਾਂਦੀ ਆ, ਫਲਾਣੇ ਬੰਦੇ ਕੋਲ ਨਹੀਂ ਬਹਿਣਾ ਅਤੇ ਅੱਜ ਦੀ ਸੰਗਤ ਭਾਵੇਂ ਸਾਰਾ ਦਿਨ ਕਰਦੇ। ਇਹ ਪਰਿਵਾਰਾਂ ਵਿੱਚ ਗੱਲਾਂ ਵਿਚਾਰੀਆਂ ਜਾਂਦੀਆਂ ਸਨ ਅਤੇ ਜਦੋਂ ਵਿਚਾਰੀਆਂ ਜਾਂਦੀਆਂ ਸੀ ਨਾ ਤਾਂ ਫਿਰ ਪਰਿਵਾਰ ਮਿਲ ਕੇ ਰਹਿੰਦੇ ਸਨ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਅੱਜ ਕੱਲ੍ਹ ਇਹ ਗੱਲਾਂ ਦੇਖਣ ਲਈ ਨਹੀਂ ਮਿਲਦੀਆਂ। ਤਜਵੀਜ਼ ਘੜਨੀ ਚਾਹੀਦੀ ਹਰ ਕੰਮ ਕਰਨ ਤੋਂ ਪਹਿਲਾਂ ਬਹਿ ਕੇ ਵਿਚਾਰਨਾ ਚਾਹੀਦਾ। ਉਹਨਾਂ ਆਖਿਆ ਵਰਦੀਆਂ ਤਾਂ ਲੈਣ ਦੀਆਂ, ਸਟਾਰ ਵੀ ਲੈਣ ਦੇ, ਹੱਥ ਘੜੀ ਵੀ ਲੈਣ ਦੀ, ਅਤੇ ਉਹਦੇ ਤੱਕ ਪਹੁੰਚਣਾ ਕਿਵੇਂ, ਸਾਨੂੰ ਤਜਵੀਜ਼ ਬਣਾਉਣੀ ਪਵੇ। ਤਾਂ ਤਜਵੀਜ਼ ਬਣਾਉਂਦਿਆਂ ਆਖਿਆ ਵੀ ਕਾਕਾ ਸਿੰਘ ਹੈ ਮੁਜਰਮ, ਇਹਨੂੰ ਲਾ ਲਈਏ ਹੱਥ ਘੜੀ ਅਤੇ ਬਾਕੀ ਸਾਰੇ ਆਪਾਂ ਪੁਲਿਸ ਵਾਲੇ ਬਣ ਜਾਈਏ ਅਤੇ ਜਾ ਪਹੁੰਚੀਏ ਆਪਾਂ ਬੀ ਟੀ ਦੇ ਕੋਲ। ਅਤੇ ਬੀ ਟੀ ਨੇ ਕਾਕਾ ਸਿੰਘ ਨੂੰ ਮੁਜਰਮ ਜਾ ਸਮਝਣਾ, ਅਤੇ ਜਦੋਂ ਮੁਜਰਮ ਸਮਝਿਆ ਅਗਲਾ ਕੰਮ ਆਪਾਂ ਫਿਰ ਆਪ ਕਰ ਲਾਂਗੇ। ਤੇ ਗੁਰੂ ਕੀ ਸਾਹਿਬ ਜੀ ਨਵਾਜੀ ਸਾਧ ਸੰਗਤ ਪਾ ਲੀਆਂ ਵਰਦੀਆਂ, ਹੋ ਗਏ ਬੱਬਰ ਤਿਆਰ। ਕਰਤਾਰ ਸਿੰਘ ਨੇ ਛਪਾਈ ਵਾਲੀ ਹੱਥ ਪਾ ਕੇ ਵਰਦੀ ਹੱਥ ਘੜੀ ਹੱਥ ਵਿੱਚ ਫੜ ਲਈ ਤੇ ਕਾਕਾ ਸਿੰਘ ਦੇ ਲਾ ਲਈ ਗੁੱਟ ਨੂੰ, ਕਿਉਂਕਿ ਉਹ ਮੁਜਰਮ ਸੀ। ਕਾਕਾ ਸਿੰਘ ਦੇ ਗੁੱਟ ਨੂੰ ਲਾ ਕੇ ਜਦੋਂ ਤੁਰਨ ਲੱਗੇ ਨਾ, ਤੇ ਬਾਬਾ ਉਜਾਗਰ ਸਿੰਘ ਸਾਹਿਬ ਨੇ ਆਖਿਆ ਬੱਬਰੋ ਅਜੇ ਨਹੀਂ ਜਾਣਾ, ਕੋਈ ਕੰਮ ਕਰੀਏ ਨਾ ਤੇ ਅਰਦਾਸ ਕਰਨੀ ਬੜੀ ਲਾਜ਼ਮੀ। ਜਥੇਦਾਰ ਬਾਬਾ ਵੀਰਾ ਸਿੰਘ ਜੀ ਸਾਹਮਣੇ ਬੈਠੇ ਨੇ, ਜਦੋਂ ਅਸੀਂ ਸੇਵਾ ਤੇ ਜਾਂਦੇ ਸਨ ਉਹ ਗੁਰੂ ਸਰ ਜਾਣਾ ਮਹਾਰਾਜ ਅਤੇ ਗੱਡੀ ਤੁਰਨੀ ਅਤੇ ਸੰਗਤ ਨੇ ਤੁਰਨਾ ਅਤੇ ਬਾਬਾ ਜੀ ਆਖਣਾ ਪਹਿਲਾਂ ਅਰਦਾਸ ਕਰੋ, ਅਰਦਾਸ ਕਰਕੇ ਫਿਰ ਗੱਡੀ ਜਾਵੇਗੀ। ਅਤੇ ਉੱਧਰੋਂ ਵੀ ਅਰਦਾਸ ਕਰਕੇ ਆਉਂਦੇ ਸਾਂ। ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ। ਸਿੱਖ ਜਦੋਂ ਵੀ ਕੋਈ ਕੰਮ ਕਰੇ ਨਾ ਤਾਂ ਮਹਾਰਾਜ ਕਹਿੰਦੇ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ, ਅਰਦਾਸ ਕਰਨੀ ਬੜੀ ਜ਼ਰੂਰੀ। ਬਾਬਾ ਉਜਾਗਰ ਸਿੰਘ ਸਾਹਿਬ ਜੀ ਨੇ ਆਖਿਆ ਚੱਲੇ ਜੇ ਬੀ ਟੀ ਦੀ ਸਦਾਈ ਕਰਨ ਵਾਸਤੇ, ਇਸ ਕਰਕੇ ਬੱਬਰੋ ਪਹਿਲਾਂ ਆਪਾਂ ਅਰਦਾਸ ਕਰੀਏ ਅਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਫਿਰ ਜਾਇਓ। ਫਿਰ ਜੇ ਸਫਲਤਾ ਨਾ ਮਿਲੀ ਤਾਂ ਮੈਨੂੰ ਗੁਰੂ ਕਾ ਸਾਧ ਨਾ ਆਖਿਓ। ਇਤਿਹਾਸ ਕਹਿੰਦਾ ਹੈ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋਈ, ਅਰਦਾਸਾ ਕੀਤਾ ਬਾਬਾ ਉਜਾਗਰ ਸਿੰਘ ਸਾਹਿਬ ਜੀ ਨੇ, ਫਿਰ ਸਿੰਘਾਂ ਨੇ ਰੱਜ ਰੱਜ ਕੇ ਕੜਾ ਪ੍ਰਸ਼ਾਦ ਦੀ ਦੇਗ ਛਕੀ ਅਤੇ ਫਿਰ ਚਾਲਾ ਮਾਰ ਦਿੱਤਾ ਜੀ ਹੀਰੋ ਕਲਾਂ ਦੇ ਉਸ ਗੁਰਦੁਆਰੇ ਵਿੱਚ। ਤੁਰੇ ਜਾ ਰਹੇ ਨੇ ਚੱਠੇ ਪਿੰਡ ਵੱਲੇ ਬੀ ਟੀ ਦੀ ਸੁਦਾਈ ਕਰਨ ਵਾਸਤੇ, ਜਿਹਨੇ ਗੁਰੂ ਕੇ ਬਾਗ ਵਿਖੇ ਸਿੱਖਾਂ 'ਤੇ ਜ਼ੁਲਮ ਢਾਇਆ ਸੀ। ਇਹ ਸੀਨ ਅੱਖਾਂ ਦੇ ਸਾਹਮਣੇ ਉਹਦੀ ਲੰਘ ਰਿਹਾ ਸੀ, ਕਿਉਂਕਿ ਬਾਬਾ ਜੀ ਨੇ ਪੇਸ਼ਕਾਰੀ ਇਸ ਤਰੀਕੇ ਨਾਲ ਕੀਤੀ ਸੀ ਜਿਵੇਂ ਸਜੀ ਮੁੱਚੀ ਸਿੰਘਾਂ ਨੂੰ ਡਾਂਗਾ ਵਰਾਉਂਦਾ ਹੋਏ ਬੀ ਟੀ। ਤੁਰੇ ਜਾ ਰਹੇ ਨੇ ਅਤੇ ਨਾਲ ਅਰਦਾਸਾਂ ਕਰਦੇ ਜਾਂਦੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਤੇਰੇ ਪਾਵਨ ਅਸਥਾਨ ਗੁਰੂ ਕੇ ਬਾਗ ਵਿਖੇ ਜਿਹੜੇ ਬੀ ਟੀ ਨੇ ਜ਼ੁਲਮ ਢਾਇਆ ਨਾ, ਕਿਤੇ ਇਹ ਨਾ ਹੋਏ ਵੀ ਘਰੇ ਮਿਲੇ ਹੀ ਨਾ, ਕੋਈ ਬਹਾਨਾ ਬਣ ਜਾਵੇ। ਜੇ ਕਦੇ ਜਾਣਾ ਵੀ ਹੋਵੇ ਤਾਂ ਮਹਾਰਾਜ ਉਹਨੂੰ ਪ੍ਰੇਰਿਤ ਕਰਕੇ ਰੋਕ ਲੈਣਾ ਤਾਂ ਕਿ ਅਸੀਂ ਤੇਰੇ ਦਰਬਾਰ 'ਤੇ ਡੁੱਲੇ ਹੋਏ ਖੂਨ ਦਾ ਅਤੇ ਹੋਏ ਤਸ਼ੱਦ ਦਾ ਬਦਲਾ ਲੈਣ ਵਾਸਤੇ ਚੱਲੇ ਹਾਂ ਅਤੇ ਬੀ ਟੀ ਸਾਨੂੰ ਮਿਲ ਪਏ। ਇਹ ਅਰਦਾਸਾਂ ਕਰਦੇ ਕਰਦੇ ਬੱਬਰ ਚੱਠੇ ਪਿੰਡ ਦੀ ਜੂਹ ਵਿੱਚ ਜਾ ਪਹੁੰਚੇ। ਫੱਗਣ ਦਾ ਮਹੀਨਾ ਅਤੇ ਆਖਰੀ ਦਿਨ ਸੀ, ਠੰਡੀ ਮਿੱਠੀ ਜੀ ਰੁੱਤ, ਅਤੇ ਚੱਠੇ ਪਿੰਡ ਤੋਂ ਬਾਰ ਬਾਰ ਨਿਆਈ ਵੇ ਜਿੱਥੇ ਬੀ ਟੀ ਹਰਨਾਮ ਕੌਰ ਨਾਲ ਵਿਆਹ ਕਰਕੇ ਕੋਠੀ ਪਾ ਕੇ ਬੈਠਾ ਸੀ ਨਾ, ਦਰਵਾਜ਼ੇ 'ਤੇ ਜਾ ਪਹੁੰਚ, ਦਰਵਾਜ਼ਾ ਖੁੱਲ੍ਹਾ ਸੀ, ਅੰਗਰੇਜ਼ ਦਾ ਰਾਜ ਸੀ, ਖਤਰਾ ਖੁਤਰਾ ਕਿਸੇ ਦਾ ਨਹੀਂ ਸੀ, ਮੌਤ ਵੱਲੋਂ ਵਿਖਾਓ ਸਨ। ਅਤੇ ਜਿਹੜਾ ਬੀ ਟੀ ਹੈ ਨਾ ਉਹ ਆਪਣੀ ਕੋਠੀ ਦੇ ਬਰਾਂਡੇ ਵਿੱਚ ਸ਼ਾਮਾਂ ਦੇ ਵਕਤ ਕੁਰਸੀ ਡਾਹ ਕੇ ਐਨਕ ਲਾ ਕੇ ਅਖਬਾਰ ਪੜ੍ਹ ਰਿਹਾ ਸੀ, ਐਨਕ ਲਾ ਕੇ। ਅਤੇ ਪੁਲਿਸ ਬਾਣੇ ਵਿੱਚ ਸਰਦਾਰ ਕੁੰਡਾ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਾਕਾ ਸਿੰਘ ਨੂੰ ਲਾ ਕੇ ਹੱਥ ਘੜੀ, ਬੀ ਟੀ ਦੇ ਸਾਹਮਣੇ ਪੇਸ਼ ਕਿਵੇਂ ਹੁੰਦੇ ਨੇ, ਢਾਡੀ ਕਲਾ ਦੀ ਇੱਕ ਵਣਗੀ ਹੈ ਕਲੀ, ਕਲੀ ਦੀ ਚਾਲ ਵਿੱਚ ਲਾਈਨਾਂ ਅਰਜ ਕੀਤੀਆਂ ਜਾ ਰਹੀਆਂ। ਤਵਜੋਂ ਦੇ ਕੇ ਸਰਨ ਕਰਨਾ ਜੀ, ਸਾਡੇ ਅੱਜ ਦੇ ਢਾਡੀ ਸਿੰਘ ਕਲੀਆਂ ਗਾਉਣੀਆਂ ਛੱਡੀ ਜਾਂਦੇ ਨੇ। ਅਸਲ ਵਿੱਚ ਪਹਿਲਾਂ ਕਲੀਆਂ ਗਾਉਂਦੇ ਢਾਡੀ ਸਨ, ਮਾਣਕ ਕਲੀਆਂ ਗਾ ਕੇ ਕਲੀਆਂ ਦਾ ਬਾਦਸ਼ਾਹ ਬਣ ਗਿਆ, ਢਾਡੀ ਉੱਥੇ ਦੇ ਉੱਥੇ ਖਲੋਤੇ ਰਹਿ ਗਏ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰੇ, ਢਾਡੀ ਕਲਾ ਵਿੱਚੋਂ ਇੱਕ ਵਣਗੀ ਹੈ ਕਲੀ, ਅਤੇ ਕਲੀ ਗਾਉਣ ਲੱਗਿਆਂ ਦਰਬਾਰੀ ਰਾਗ ਵਿੱਚ
राग नाल संबंध रखने वाले सज्जन ही सामने बैठे होणगे, नोट करना, दरबारी राग में दर्ज किया जा रहा है। बब्बर अकाली बाबा उजागर सिंह साहब जी की आग्ञा पा के हीरो कोलों की पावन धरती तो चले जाते हैं चट्ठे पिंड ते बीटी की कोठी में जाते हैं, तो बीटी पढ़ रहा ऐनक ला के अखबार बरांडे में बैठा हुआ, तो जाके सल्यूट किवें मारता सरदार कुंडा सिंह, किवें उन्होंने दर्शन देते हैं, इन्ह शब्दों में क्यों अर्ज किया।
ਕਹਿੰਦੀ ਮੰਗ ਮਾਵੀ ਬਿਜਲੀ ਵਾਂਗ ਕੜਕਾਈ थोड़ा जा चढ़ावा चढ़ा दी इदा ही कहते आख्या भावे कख ना हो चपेड़ भी ना मारी हो राती भावे चंगी रोटी खवाई होटल च बह के पर जो अफसर दे पेश करना हो कहणगे लंघा के तुरी इन पता लग जाए कि इन्हू डाया बड़ा रात फटियां एदा लिहाज नहीं किया पैसा बड़ा कुछ कर दिंदा कहिंदे भी गांधी नू किसे ने पुछिया भई तेरे ज्यौंदियां ते तेरी फरमाइश चलदी सी ते मर जाण तों बाद भी चलू उहने आख्या जिथे मेरी फोटो लग गई चलदी रहू हुण जिहड़े रुपये उत्ते गांधी दी फोटो लगी आ गांधी दा काम अजे भी चलदा गुरु की साधी माधी साध संगत माया विच ताकत ही बड़ी आ पैसे विच बड़ी ताकत है बंदा झूठा होवे ते सच्चा साबित हो जाता है सच्चा होवे ते झूठा साबित हो जाता आ तुसी वेख ही रहे हो सरकारां की कुछ करन रहीआं जिहड़ा पैसे दे दिंदा उहदी जमानत हो जाती जिहड़ा नहीं दिंदा वह भावें सच्चा भी होए आ टूटियां एक साडा मित्र है पुलिस विच आ उहने गल सुणाई कहण लगा ज्ञानी जी साडे पिंड दा बंदा बड़ा चंगा सी इक ते दोवां फिरकियां विच दोवां विच लड़ाई हो गई झगड़ा हो गया तो थाने गया राजीनामा कराने वास्ते गया तो थाने राजीनामा कराने वास्ते सी दोवें टाइम गुरुद्वारे आउंदा सी बंदा किसी का माड़ा नहीं सोचता उन्हें किसी आख्या भी नहीं तू राजीनामा करा दे तो उन्हें सोचा भी जे मेरे गया राजीनामा होए तो जरूर लड़ाई करवाई गया सी राजीनामा कराने पर दूजे पार्टी वाले ने छब्बी का परचा ही उसे बना दिया जानी पैसा कुछ कर दिता है गुरु की साधी नूं आदी साध संगत तो कहण लगे भाई तू ना इस तरह करना है सरदार कुंडा सिंह ने आख्या भी जिवें असीं आख्या उदा करना काका सिंह तू लंगड़ा के जे तुरना है पता लग जाए बीटी नूं पेनू रात कुटिया वा इहदा बुरा हाल कीता इस तरह उन्हें काका सिंह ने आख्या मैं इदा करूं तो फिर कहण लगे असीं तैनूं आखांगे माफ़ी मंग ते तू ना माफ़ी मंगी हाथ जोड़ के पैरियां हाथ लाने की कोशिश करी तो उहदे पैरां ते सिर भी रखी ते अगला काम तैनूं दस्सिआ है भी की करना
गुरु की साधी नवाज साध संगत जा पहुंचे बीटी की कोठी शामा का वकत सी गुरु के बाग विखे सिखा के जुल्म ढाने वाला बीटी एक बार पढ़ रहा सी ऐनक ला के कुंडा सिंह काका सिंह हथकड़ी ला के बबरों के बंदियां पुलिस के रूप में लैके जा पहुंचा ते बीटी के नेड़े जाके ना कुंडा सिंह ने पैर मारिया जोर की धरती के मथे नू मारिया हाथ जानी सलूट मारिया गोरे नू मारिया सलूट ते सलूट मार के आख्या साहब जिहड़ा मुजरम सरकार तो पकड़िया नहीं सी ना जांदा आ फड़ के लै आंदा जी काका आ लगी जी हथकड़ी उहनू ऐनकां दे उत्तों दी वेख्या बीटी ने ऐनकां दे उत्तों दी वेखण दी कई बंदियां नू आदत हुंदी कई वारी निगाह दा वी हुंदा वी नेड़े वेखणा होवे ते ऐनक नाल वेख्या जा सकदा दूर वेखणा होवे ते ऐनक दूर वाली हुंदी नहीं फिर उत्तों दी वेखणा बीटी ने ऐनक दे उत्तों दी वेख्या नीवीं जी पा के वेख्या ते काका सिंह वेखे वेख्या वी काका सिंह दा सजी मुजी मुजरम फड़ के लियांदा हथ घड़ी लगी है ते बीटी कहण लगा ओए काका सिंह तैनूं किन्नी वारी आख्या सी सरकार दे हत्थ बड़े लंबे हुंदे ने सरकार नाल झगड़े करके जितया नहीं जा सकदा सरकार एक दिन पकड़ लैंदी आ तू सानूं किन्ना परेशान करदा रहा तैनूं किन्नी वारी समझाया तू आखे ना लगा ते अज फड़िया गया ना सानूं धमकियां भेजदा हुंदा सी वी तैनूं छड्डणा नहीं असीं तां इत्थे वसदे आ कोठी विच ते दस हुण तेरा की हाल फड़िया गया ना हुण तैनूं बच्चू इहो जी सजा देवांगा वी तूं सारी जिंदगी याद रखें ये गल जदों बीटी ने आखी ना सरदार कुंडा सिंह ने आख्या साहब इदा नहीं करना चाहिए असं फड़ के लिया तो माफ़ी मंग लवेगा तुम विशाल दिल वाले जो तो माफ़ी मंगेगा माफ कर दो तो अगे तो वादा करेगा भी ये पिंड रेंद्याे खिलाफ कोई गल नहीं करे तो काका सिंह ने सिर झुका के आख्या चंगा साहब जिन्हें कहोगे उ कर ल गल कर रहे सन गलों की आवाज़ ना हरनाम कौर के कानों में पै गई रसोई सरदार सुंदर सिंह बब्बर ने एक पुस्तक लिखी है बब्बर अकाल किसी होर ने लिखी हो यकीन नहीं किया जा सकता वो खुद बब्बर है उन्हें लिखी है वो जो जिक्र करता भी अज जिहड़ा बीटी आ ना इहनू दुपहरे जे हरनाम कौर ने आख्या सी भी अज साहब आपां कुक्कड़ ना खाईए तो उन्हें आख्या भी राजां दे घरे मोतियां दा काल आ भी जे तेरा कुक्कड़ खाण नू जी करदा आपां नौकर भेज के कुक्कड़ मंगा ली लियांदा सी कुक्कड़ ते हरनाम कौर रसोई विच धर के बैठी सी ते कड़छी मार रही सी स्मैलां उड़ रहीआं संदूर तक ते इहने जदों बंदियां दे बोलण दी आवाज़ सुनी ना कड़छी मार के ते अग थोड़ी जी मट्ठी करके ना इह वी उत्थे जा पई इहने जदों काका सिंह नूं वेख्या ना जिहड़ा काका सिंह परेशान करदा सी उहनूं वेख्या ते अखां लाल करके तीवड़ियां पा के आखण लगी सुणा बच्चू तैनूं किन्नी वारी आख्या सी वी इदां नहीं करना चाहीदा तूं कलदा सां आ गया ना काबू जे हुण मैं साहब नूं आखां वी इहनूं फांसी ते चढ़ा दे ते तैनूं चढ़ा दे फांसी ते ते फिर जे साहब कोलों हाथ जोड़ के माफी मंग लवे ते मैं साहब नूं कहांगी भी तैनूं बख्श देवेगा हरनाम कौर ने आख्या अपने छोटे देवर जदों इह गल आखी ना पहलां थानेदार ने आख्या माफी मंग ला ते फिर हरनाम कौर ने भी आख्या माफी मंग ला ते गल सारी पहलां बनाई सी ते काका सिंह कहण लगा थानेदार साहब भी कहिंदे माफी मंग ला ते भाभी भी कहिंदी माफी मंग ला ते दोहां हत्थां नूं ते हथ घड़ी लाई आ ते माफी किवें मंगा पैरियां हाथ ला के माफी किवें मंगा जे मैं गोडे लाए धरती दे ते मैं ते डिग के कुआंटणियां खावांगा इस करके हथ घड़ी खोल दिओ ते आपां माफी मंग लैने भाभी तेरी गल भी मन लैना ते साहब दी गल भी मन लैना ते कुंडा सिंह ने गल पहलां बनाई सी दबका जिहा मार के आख्या खोल दो करतार सिंह दी हथ घड़ी किधर भाजू काका सिंह अपने आप नूं बब्बर खवाउंदा है सरकार दे कब्जे विच आ किधर भाजू खोल दो इहदी हथ घड़ी उहने अपनी जेब विच हथ पाया ते चाबी कढ ली चाबी कढ के काका सिंह दे दोहां हत्थां नूं हथ घड़ियां लगियां सन पहलां इक गुट दी खोलती फिर दूजे दी खोलती ते थानेदार दे रूप विच कुंडा सिंह ने आख्या मंग माफी हरनामी ने भी दाबा मारिया मंग लै माफी तेरियां सारियां भुल्लां बख्श दित्तियां जाणगियां ते काका सिंह मीसणा जिहा बण के ना नीवीं पा के कुंडा सिंह वल्ले वध्या इह स्टोरी बनाई गई सी बाबा जी दे डेरे विच बह के भई इदां कामयाब हो सकीदा नहीं ते गल नहीं बणनी मिथी होई व्योंद मुताबक नीवी जी पा के काका सिंह बीटी वल्ले वध्या ते कहण लगा साहब बंदे ही गलतियां करदे ने मेरे कोलों भी हो गईआं तुसीं अपनी जिंदगी गुजारो मैनूं अपनी गुजारन दो मैं नहीं तुहाडे खिलाफ हुण जबान तों कोई शब्द कहिंदा आ लो मैं तुहाडे पैर फड़ के तुहाडे पैरां दे सिर रख के माफ़ी मंग लैंदा ते जदों कोई किसी के पैरों के सिर रख दे फिर तो बख्शा ही जांदा अगां वध्या काका सिंह गोड़ लाले धरती ते मैं काका सिंह दा जीवन पढ़िया जटां दा मुंडा सी ते ताकतवर पता किन्ना सी भई जे छप्पड़ विच मझ वड़ जावे ते बाहर ना ने निकले ते कन्नों फड़ के बाहर लै आउंदा ते कन्नों फड़ के मझ नूं खलो जावे ते जिन्नी मर्जी ताकतवर होए मझ भज नहीं सी सकदी एड्डी वड्डी ताकत सी जटां दे मुंडिआं च पहलां हुंदी सी हुण किसे दे वी नहीं रहि गई हुण तां मोबाइल वाली ताकत सारे पासे आई जांदी
ना कोई लस्सी पीवे ना कुछ होर कुछ खावे पीवे बर्गड़ा ते न्यूडलां ते सारी जिंदगी चल रही है, उम्रां भी छोटियां हो गई, कहानी विगड़ती जाती। आपां इस पासे ना जाइए, इन्नी ताकत सी भी मज नूं कन्नों फड़ लवे ते हिल नहीं सी सकदी। उन्हें आख्या मैं गिट्टियां तो इन्नी मजबूती नाल फड़ के उन्हें कुर्सी ते उलटावांगा, वेखो तुसीं जदों बणदा की। मीसना जा बन के अगां वध्या, गोड़ ला ले धरती दे दोवें हत्थां नाल, ना पैरां नूं हत्थ लाउण दे बहाने गिट्टियां तो फड़ लिया गोरियां, बीटी नूं फड़ लिया गिट्टियां तो, ते फिर गोड दे पा के गोड्यां दे पार उल्टा मारिया, ते बीटी डिग पिया धरती दे, नूं पता लगा भी ये पुलिस वाले तो नहीं, ये तो भाणा होर वरतन लगा, ये तो कहानी होर निकली। तुसीं बाबा फरीद जी का सलोक पढ़ते हो ना, केल किरिंदे हांजनों अचिंते बाज पै, ते बाज पै ते रब दे केलां विसरियां। जानी रब नूं चेते रखना चाहीदा, माड़ा काम नहीं करना चाहीदा। बाज पैंदे किवें आ, जिवें बब्बर आए। काका सिंह ने पैरी हाथ लाउण दा बहाना बना के गिट्टियां तो फड़ के कुर्सी तो उल्टा मारिया, ते हुण बीटी नूं पता लगा भी इह पुलिस वाले नहीं, इहदा बब्बर ने, इह तां देश भगत ने, ते हाथ जोड़ के माफ़ी मंगण लगा। कहण लगा मैं अगे तो कोई गुनाह नहीं करदा, मैनूं माफ़ कर दिओ। सरदार कुंडा सिंह ने अपनी डब्बे च राया होया रिवालवर कढ के उहदे वल्ले सिद्धा करके आख्या, ओ बीटी तू गुरु के बाग विखे सिखां दे जुल्म टाए सन, उस वेले ते उन्हां नूं माफ़ नहीं कीता, समां वालियां डांगां नाल मेरे सिख भरा गुरु के बाग विखे छलियां वांग कुटे सन, उन्हां दा बदला लैण वास्ते आ गया, तेरा अंत आ गया, करके रिवालवर सीधा बीटी दी हिक वल्ले, सरदार कुंडा सिंह ने उहदी गोली, सरदार कुंडा सिंह ने करके रिवालवर दी बैरल सीधी, कुर्सी तो डिगे हुए धरती ते लेटे बीटी दी हिक विच गोली। हे
लैके डुबाया थोड़ा मुझिया दिता छाती दई छलनी बना याद रहिंदिया रहिंदिया बहादरा देरिया उल्लासिया देरिया सिंह ने रिवाल्वर दी बैरल धरती ते डिगे बीटी दी एक वले करके एक गोली दाग दी गोरा तड़फण लगा जिंदगी दी भीख मंगण लगा कुंडा सिंह ने आख्या कदे गुरु के बाग विखे तरस कीता सी सिखां ते किवें भीख मंगदा है जिंदगी दी अज गिण गिण के बदले लै जाण एक गोली मारी दूजी मारी तीजी मारी चौथी मारी पंजवीं मारी रिवाल्वर विच पैंदियां छे सन ते छे दियां छे ही दाग कुंडा सिंह ने बीटी की छाती फिल्टर वर्गी कर दी मारिया गया हरनामी नूं पता लगा भी मैं नहीं सब हिसाब को माफी मंग लिया काका सिंह तेरी जिंदगी बख्शा दे काका सिंह का होर पुआड़ा खड़ा करे बैठे बीटी मारिया गया तो लिहाज तेरा भी नहीं होना हरनामी ने सोचा बड़ी तेज तरार औरत सी उन्हें आख्या भज के जान बचा ला अंदर वड़ के कमरे का दरवाजा बंद कर ला शायद जिंदगी बख्श जाए दौड़ी अंदर वड़ के कमरे में दरवाजा बंद कर लवा पर जिहड़े आए इस काम लई सानूं भजन दिंदे उहदे वल्ले एक बब्बर वधिया करतार सिंह राइफल लैके काका सिंह ने आख्या भरजाई नाल मैं हिसाब किताब करांगा मेरा इहदे नाल लेखा जोखा रहिंदा करतार सिंह तूं नहीं जा उहने करतार सिंह तों राइफल फड़ी जिहदे पहलां हथ कड़ी लाई सी काका सिंह मुजरम बणाया सी राइफल वड़ के दौड़दी अपनी वड्डी भरजाई हरनामी दा जा रहा रोकिया ते उहने अगों हथ जोड़ के तरला लैके आख्या काका सिंह मैं तेरी मावां वर्गी वड्डी भरजाई ते काका सिंह ने आख्या भाभी अज ही के पहला भी सी पहला दे सजे ही मैं तू मेरी मावां वर्गी भरजाई जे मावां वर्गी हुण ते मेरे हड्ड गोडे पुलिस तों क्यों तड़ाउंदियां ते मेरे अख क्यों ना लगदी कहिंदी तू मेरा पुत्तां वर्गा छोटा देर कहिंदा आहो अज ही देर आ पहला ते नहीं सी ना पुत्तां वर्गा हुण तां सारे लेखे जोखे करके ही हटांगे बड़े तरले लै पर काका सिंह ने आख्या भाभी साढ़े इलाके में तोए तोए कराई साडा सिर नीवा कराया तू बच चलना दे चल के मेरे रब वर्गे भरा सुचा सिंह नूं यार दे के मारिया अज सारे लेखे जोखे करके जा जिहड़ी राइफल फड़ी सी ना तरले कढ़दी हरनामी दे छाती वाले कीती ते नप दिता घोड़ा ते हरनामी नूं कीते गुनाहां दी सजा दी बीटी दे हरनाम कौर दी सदाई करके बबर अकाली जिहड़े पुलिस दी वर्दी पा के आए सन जा कारे छड़ दे इनकलाब जिंदाबाद दे जकारे छड़ दे चट्टे पिंड चों दौड़ गए जा पहुंचे बाबा जी दे डेरे विच आख्या बाबा जी ऐसा अमर छका के आए ऐसा छका के हुण सदाई करन दी लोड़ ही नहीं पवे जणी दोवां दा कीर्तन सोला पड़ा ते बाबा जी ने उहनां दा धन्नवाद भी कीता ते कड़ा प्रसाद दीआं देगां तैयार करके छकाईआं भी ते गुरु की साजी नवाजी साध संगत इतिहास कहिंदा है कि हरनामी दी ते बीटी दी लाश सारी रात बरांडे च पई अगले दिन दे चढ़ाण नाल पुलिस आई लिख पढ़ करके हरनाम कौर की लाश तो पंचायत वालियां नूं दे दित्ती पिंड वालियां नूं पर जिहड़ी बीटी की लाश सी ओह लद के लै गए अंबाले अंबाले जाके कब्रस्तान विच दफना दित्ती ते कब्रस्तान विच दबे हुए बीटी की लाश उत्ते कंडे लाए तारां लाईआं भी कोई पुट्टे ना पर जिड्डा वड्डा पाप कीता होवे सजा उड्डी वड्डी मिलदी मिलदी पाप करन तों परहेज करना चाहिए महाराज कहिंदे पाप बुरा पापी को प्यारा गुरु की साजी नवाजी साध संगत इतिहास कहिंदा है कि बीटी की कबर कुत्तियां ने पुट दी उन्हें कंडे भी पासे कर दिते पुट दी लत्तां बाहां दे जिस्म दा मास नोच नोच के खादा गिरजा भी खादा ते कुत्तियां भी खादा जिहड़ा गुरु दरबार विच इहो जिहे कर्म करदा उहदा ऐसा ही हशर हुंदा जिस बीटी ने गुरु के बाग दे मोर्चे विच सिखां दे जुल्म टाए सन कलगी धर दे जाया ने पुलिस की वर्दी पा के उहदे को गिण गिण के बदले लै इतिहास आप जी नाल सांझा कीता है इतिहास कहिंदिआं कई गलतियां हो गईआं होणगीआं गुरु की संगत दे गुरु साहिब बख्शण जोग जीत नहीं सी करदा कि होर समां लाईए पर एक होर प्रोग्राम नाल फड़ लिया सी प्यार वाली संगत याद करदी सानूं जाणा पैंदा ओह मल्लां वाले लागे दूला सिंह वाला पिंड उत्थे असीं हाजरी भर ली जा रहे हां तुहाडे कोलों माफ़ी मंगदे हाँ कि वध समां नहीं ला सकदे गुरु की संगत वालों बहुत सारी मैं अरदास कराई अकले कले दा नाम लवां ते समां लगेगा सारे सेवादारां वीरां वालों बहुत सारी मैं अरदास हुई ते बाबा अजीत सिंह साहब जी दी चढ़दी कला वास्ते मैं अरदास कराई बाबा जी इस गुरद्वारा साहब दे सेवादार ने आपां सारे ही जाणदे तनदेही नाल सेवा करदे शरीर कष्ट है गुरु कृपा करे बाबा शहीद उहनूं तंदुरुस्ती दी दात बख्शे सारे महापुरशां वालों गुरु की संगत वालों प्यार वाले सज्जणां वालों मैं अरदास हुई सतगुरु नामदान बख्श ज्ञानी केवल सिंह जी मेहता कविशरां दी दुनिया विचों सारिआं तों मोहरी हो के कविशरी कला नूं
दुनिया के कोने तक पहुँचाने वाली इन्हां दे साथी जोड़ी मनजीत सिंह सोही ते काबल सिंह सोही दोने बड़े चढ़दी कला के बुलारे ते मेहता साहब अपनी मिसाल आप ने तुहाडी बेनती प्रवान करके तुहाडे दीदार करन वास्ते आए। सारे जथे वालों माया अरदास कराई गई है चढ़दी कला वास्ते गुरु बाबा जी के पावन चरणों में अरदास बेनती। तो गुरु की साजी नूं अज साध संगत कल नूं साडे दो दीवान ने फिर पहला दीवान तो मनजीत सिंह सोही के घर विखे है, दूजा दीवान गोइंदवाल साहब की पावन धरती से गुरद्वारा दमदमा साहब विखे उत्थे भी हाजरी भरनी। तो मनजीत सिंह सोही ने उन्हां दी एक नज़म तुसीं थोड़े दिन पहला रिलीज होई सुनी होवेगी अणख, वो जिहड़ी कविता भाई मनजीत सिंह सोही ने रिलीज की है ना, जो साडी अणख वंगारे असीं नहीं जिउंदा छड्डना, वो तुहाडी अपनी कलम तो लिखी हुई जानी मेरी कलम तो लिखी हुई। बड़ी प्यारी आवाज़ है मनजीत सिंह की। मैं कई बार वेख्या भी साजा नाल कवीशरां वास्ते गाउणा बड़ा औखा हुंदा, महाराज ने इस नूं ऐसी सुर बख्शी है ये ताल विच रह के साजा विच भी कवीशरी नूं ऐसे चंगे ढंग नाल गा जांदे ने भाई मनजीत सिंह। सच्चे पातशाह कृपा करन होर चढ़दी कला की दात बख्शे। सारे प्रबंधक वीरां दा, डॉक्टर साहब लखवीर सिंह जी का, गुरजंट सिंह जी का, बाबा राम सिंह जी होणा दा, बाबा रतन सिंह साहब जी स्टेज उत्ते सुभाए मान ने, ये बाबा जी के परिवार विचों ने। जे आपां बाबा जी नूं वेखणा होवे तां इन्हां दे भी दर्शन कर लैणे चाहीदे ने। तो गुरु की साजी नूं आजी साध संगत असीसां भेज रहे ने, दीर्घ आजू भेज रहे ने। गुरु बाबा जी सारिआं नूं चढ़दी कला की दात बख्शन। कवीशर भरावां वल्लों ज्ञानी मुख्तार सिंह जी होणा वल्लों बहुत सारा प्यार हाजिर होया। ज्ञानी मुख्तार सिंह जी आज स्टेज सकत्तर की ड्यूटी निभा रहे हैं, कदे PTC चैनल पर लाइव आते हैं, जदों ये कथा करते होंगे ने बड़ा माण नाल छाती चौड़ी होंगी भी साडा अपना। तो बीबी झाला कौर के नाम से वीर जी ने माया अरदास कराई, समय नाल उन्हों का प्रसंग लेके भी तुहाडी सेवा विच हाजिर करांगे। सराली का बहुत कुछ लिखण वाला बाकी पिया है, गुरु अर्जन देव महाराज जी का सराली आना बहुत कुछ लिखण वाला है, वारां दे रूप में समय नाल तुहाडी सेवा विच हाजिर करांगे। इन्हां शब्दां नाल आप जी तो आग्या मंगदे हाँ जी, भुल्लां चुक्कां की खिमा बख्श दिओ, आग्या बख्शो। वाहिगुरू जी का खालसा, वाहिगुरू जी की फतह।